ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕਮ। ਵੈਲਕਮ ਕਰਦੇ ਹਾਂ ਵੀ ਆਰ ਨਦਰ ਵਲੌਗ ਦੇ ਵਿੱਚ। ਅਸਲਾਮ ਅਲੈਕਮ। ਵਾਲੇਕਮ ਸਲਾਮ। ਅੱਛਾ ਜੀ, ਮਾਸ਼ਾਅੱਲਾ, ਅਲਹਮਦੁਲਿਲਾ, ਅੱਲਾ ਖੈਰ ਕਰੇ। ਅੱਜ ਦਾ ਵਲੌਗ ਜਿਹੜਾ ਸਾਡਾ ਸਟਾਰਟ ਹੋ ਰਿਹਾ, ਅਲੀ ਰਜ਼ਾ ਦੇ ਨਵੇਂ ਕਮਰੇ ਦੇ ਵਿੱਚੋਂ ਸਟਾਰਟ ਹੋ ਰਿਹਾ, ਠੀਕ ਹੈ? ਕਿਉਂ ਬਈ? ਹਾਂਜੀ। ਔਰ ਦੇਖ ਰਹੇ ਹੋਗੇ ਕਿ ਅੱਜ ਮਿਸਤਰੀ ਵਗੈਰਾ ਲੱਗੇ ਨਹੀਂ, ਠੀਕ ਹੈ? ਅਤੇ ਕੰਮ ਰੁਕ ਗਿਆ, ਕੰਮ ਇਸ ਕਰਕੇ ਰੁਕ ਗਿਆ, ਮੈਂ ਵਿੱਚ ਵੀਡੀਓ ਦਾ ਟੋਟਾ ਲਾਉਣਾ। ਔਰ ਬਾਰਿਸ਼ ਬਹੁਤ ਜ਼ਿਆਦਾ ਸੀ, ਹੁਣ ਵੀ ਮੌਸਮ ਬਹੁਤ ਜ਼ਿਆਦਾ ਖਰਾਬ। ਉਹ ਬਾਕੀ ਵੀ ਆ ਗਏ, ਸਾਈਡ ਮਾਰੋ, ਸਾਈਡ ਮਾਰੋ, ਸਾਈਡ ਮਾਰੋ, ਸਾਈਡ ਮਾਰੋ, ਸਾਈਡ ਮਾਰੋ। ਵਾਲੇਕੁਮ ਸਲਾਮ, ਕੈਸੇ ਹੋ? ਇਹ ਤੂੰ ਕਿਉਂ ਐਂ ਕੀਤਾ ਹੋਇਆ? ਹੈਂ, ਐਂ ਕਰਕੇ ਖੜੋਤਾ ਕਿਉਂ? ਹੈਂ, ਵਾਲੇਕੁਮ ਸਲਾਮ, ਤੁਸੀਂ ਕਿਉਂ ਐਂ ਕਰਕੇ ਖੜਦੇ? ਹੈਂ, ਵੈਸੇ ਆ ਕੀ ਕੀਤਾ? ਅੱਛਾ, ਸੂਰਜ ਸਾਹਮਣੇ। ਅੱਛਾ, ਇੱਧਰੋਂ ਨਾ ਮਾਸ਼ਾਅੱਲਾ ਦੇਖੋ ਬੱਦਲ, ਅਲਹਮਦੁਲਿਲਾ ਬੱਦਲ ਨਾ ਕਿੰਨਾ ਬੱਦਲ ਹੋਇਆ ਹੋਇਆ। ਅਤੇ ਅੱਛਾ ਜੀ, ਅੱਲਾ ਖੈਰ ਕਰੇ, ਅੱਜ ਦੀ ਵੀਡੀਓ ਸਕਿੱਪ ਨਹੀਂ ਕਰਨੀ, ਪੂਰੀ ਵਾਚ ਕਰਨੀ, ਬਹੁਤ ਵੱਡਾ ਸਰਪ੍ਰਾਈਜ਼ ਦਾ। ਕਿਉਂ ਵੀ ਦੱਸੋ ਜੀ, ਸਰਪ੍ਰਾਈਜ਼ ਹੈਗਾ ਜਾਂ ਨਹੀਂ? ਹੈਗਾ ਨਾ? ਕਿੱਡਾ ਵੱਡਾ ਸਰਪ੍ਰਾਈਜ਼ ਆ, ਬੜਾ ਵੱਡਾ ਸਰਪ੍ਰਾਈਜ਼ ਹੈ, ਠੀਕ ਹੈ ਨਾ? ਅੱਜ ਦੀ ਵੀਡੀਓ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਹੀ ਖੁਸ਼ੀਆਂ ਖੁਸ਼ੀਆਂ ਖੁਸ਼ੀਆਂ। ਕਿਉਂ ਕਿਉਂ ਦੱਸਣ ਨਹੀਂ ਦੇ? ਖੁਸ਼ੀਆਂ ਖੁਸ਼ੀਆਂ, ਹਾਂ, ਤੇਰੇ ਵਾਸਤੇ ਖੁਸ਼ੀਆਂ, ਇਹ ਤੇਰੇ ਵਾਸਤੇ ਖੁਸ਼ੀਆਂ, ਹਾਂ, ਤੇਰੇ ਵਾਸਤੇ ਖੁਸ਼ੀਆਂ, ਹਾਂ। ਤੁਸੀਂ ਦੱਸਦੇ ਨਹੀਂ ਖੁਸ਼ੀਆਂ, ਆਹ ਟੇਕ ਲਾ ਕੇ ਖਲੋਗੇ, ਆਪ ਟੇਕ ਲਾ ਕੇ ਖਲੋਗੇ, ਮੈਂ ਬੋਲੀ ਜਾਣਦੇ ਆ, ਠੀਕ ਹੈ ਨਾ? ਅਤੇ ਹੋਰ ਸੁਣਾਓ, ਠੀਕ ਆ? ਤੁਸੀਂ ਵੈਸੇ ਠੀਕ ਆ? ਤੁਸੀਂ ਵੀ ਠੀਕ ਹੋ? ਤੁਸੀਂ ਵੀ ਠੀਕ ਹੋ? ਹੈਂ, ਠੀਕ ਹੋ, ਬਿਲਕੁਲ, ਹੈਂ, ਕੁੱਕੜ ਬਣ ਕੇ ਦਿਖਾਓ। ਚਲੋ, ਅੱਛਾ, ਅੱਲਾ ਖੈਰ ਕਰੇ। ਅੱਛਾ ਜੀ, ਚੱਲਦੇ, ਅੱਲਾ ਖੈਰ ਕਰੇ, ਠੀਕ ਹੈ ਨਾ? ਇੱਧਰ ਹੀ ਆ, ਚਲੋ ਫਿਰ ਪੁੱਤ, ਚਲੋ। ਲਓ ਵੀ, ਹਾਂਜੀ, ਆ ਗਏ ਜਨਾਬ, ਚੱਲੀਏ। ਚਲੋ ਜੀ, ਅੱਛਾ, ਅੱਲਾ ਖੈਰ ਕਰੇ, ਅਸੀਂ ਜੀ ਜਾ ਰਹੇ ਹਾਂ ਇੱਕ ਸਰਪ੍ਰਾਈਜ਼ ਲੈਣ ਵਾਸਤੇ, ਠੀਕ ਹੈ? ਟਾਈਮ ਹੋ ਚੁੱਕਿਆ ਵਾ, ਮੋਬਾਈਲ ਕਿੱਥੇ ਮੇਰਾ? ਹੈਂ, 12 ਵੱਜ ਗਏ, 12 ਦਾ ਟਾਈਮ ਵੀ ਹੋ ਗਿਆ, ਅਤੇ ਅਸੀਂ ਇੱਦਾਂ ਫਿਰਦੇ ਹਾਂ, ਕਿੱਥੇ ਮੋਬਾਈਲ, ਕਿੱਥੇ ਮੋਬਾਈਲ? ਇਹਦੇ ਵਿੱਚ ਨਜ਼ਰ ਹੁੰਦਾ, ਉਹ 12 ਵੱਜ ਕੇ 44 ਉੱਤੇ ਗਈ, ਉਹ 1 ਵੱਜ ਗਿਆ, ਬਹੁਤ ਟਾਈਮ ਹੋ ਗਿਆ ਯਾਰ ਜਾਣਾ ਨਾ, ਹੋਰ ਬਾਰਿਸ਼ ਸ਼ੁਰੂ, ਬਾਰਿਸ਼ ਸ਼ੁਰੂ ਹੋਣ ਲੱਗੀ, ਤੇ ਫਿਰ ਕੀ ਹੋਇਆ, ਬਾਰਿਸ਼ ਕੱਲ ਪਰਸੋਂ ਦੀ ਪੈਣ ਦੀ ਹੈ, ਇਸਤਰੀ ਲੈ ਕੇ ਜਾਣੀ ਸ਼ਹਿਰ, ਤੇ ਸ਼ਹਿਰ ਨਾ ਠੀਕ ਕਰਾਉਣੀ, ਮੋਬਾਈਲ ਵੀ ਲੱਭ ਗਿਆ ਇਹਨੂੰ ਨਾ। ਮਸਲਾ ਤੈਨੂੰ ਕੀ ਦੱਸਾਂ, ਮਸਲਾ ਕੀ ਹੈ ਇਹਨੂੰ? ਮਸਲਾ ਹੈਗਾ ਵਾ, ਆ ਜਿਹੜੀ ਨਵੀਂ ਬਿਮਾਰੀ ਆਈ ਹੈ ਨਾ, ਉਹ ਇਹਨੂੰ ਪੈ ਗਈ ਹੋਈ ਹੈ, ਠੀਕ ਹੈ ਨਾ? ਹਾਂ ਬਈ, ਲੈ ਉਧਰ ਵੀ ਖਾਊ ਖਾਊ ਸ਼ੁਰੂ ਹੋਈ ਹੋਈ ਆ, ਠੀਕ ਹੈ? ਐ ਨਾ ਨੱਟ ਵਗੈਰਾ ਨੇ ਤੇ ਖੁੱਲੇ ਹੋਏ, ਮੰਮਾ ਵਾਲਾ ਮੋਬਾਈਲ ਫੜ, ਇਹਨੂੰ ਰੱਖ ਲੈ, ਉਹਨਾਂ ਨੇ ਰੁਪਇਆ 5-6 ਝੰਬ ਲੈਣਾ ਤੇ ਮੈਂ ਤੁਹਾਨੂੰ ਫ੍ਰੀ ਕਰ ਦੂੰਗਾ। ਫ੍ਰੀ? ਬਿਲਕੁਲ ਪੱਕੀ ਗੱਲ। ਇਹ ਭਾਜੀ, ਸਵੇਰੇ ਬੱਚਿਆਂ ਨੇ ਸਕੂਲ ਜਾਣਾ ਹੀ, ਸਕੂਲ ਜਾਣਾ ਹੀ ਬੱਚਿਆਂ ਨੇ ਸਵੇਰੇ ਸਕੂਲ ਜਾਣਾ, ਜਿਹੜੀ ਗੱਲ ਮੈਂ ਕਰ ਰਿਹਾ, ਸਕੂਲ ਜਾਣਾ ਉਹਨਾਂ ਦੀ ਵਰਦੀਆਂ ਤੂੰ ਕਰ ਦੇਗਾ? ਚੱਲ ਠੀਕ ਹੋ ਗਿਆ, ਬਸ ਮੋਬਾਈਲ ਦੋ ਵੀ, ਮੋਬਾਈਲ ਦੋ, ਚਲੋ ਜੀ, ਓਕੇ ਹੋ ਗਿਆ ਜੀ। ਮੋਬਾਈਲ ਗੁਲਾਮ ਮੁਹੰਮਦ ਸਾਡੇ ਨਾਲ ਜਾ ਰਿਹਾ, ਚੱਲ ਵੀ, ਟੁੱਟ ਟੁੱਟ ਟੁੱਟ, ਗੁਲਾਮ ਮੁਹੰਮਦ ਨਾਲ ਜਾ। ਤੇਰੀ ਜੁੱਤੀ ਕਿੰਨੇ ਨੰਬਰ ਆ ਇਹਦੀ? ਹੈਂ, ਸੈਂਡਲ ਪਾਈ ਕਿੰਨੇ ਨੰਬਰ ਜੁੱਤੀ ਤੇਰੀ? ਪਤਾ ਨੀ, ਲੰਬਰ ਦੇਖੋ, ਲੰਬਰ ਦੇਖੋ, ਲੰਬਰ ਦੇਖੋ, ਲੰਬਰ ਚੈੱਕ ਕਰੋ ਜਲਦੀ, 12 ਨੰਬਰ, ਠੀਕ ਹੈ? ਚਲੋ ਜੀ, ਅੱਛਾ, ਅੱਲਾ ਖੈਰ ਕਰੇ, ਅਸੀਂ ਚੱਲਦੇ ਹਾਂ, ਤੇ ਗੁਲਾਮ ਮੁਹੰਮਦ ਵੈਸੇ ਸਾਡੇ ਨਾਲ, ਚੱਲ ਬਿਠਾ ਬਈ, ਬਿਠਾ, ਚੱਲੀਏ 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 ਚੱਲੀਏ, ਨਿਕਲੀਏ, ਚਲੋ ਬਈ, ਚੱਲੀਏ, ਇਹ ਸਟਾਰਟ ਹੋ ਗਏ, ਚੱਲੂਗੇ, ਚਲੋ ਬਈ, ਬਾਏ। ਮੈਂ ਤੋਂ ਪਹੁੰਚ ਗਏ ਵਾਂ, ਚੱਲ ਵੇ, ਜੁੱਤੀ ਪਸੰਦ ਕਰ, ਜੁੱਤੀ ਪਸੰਦ ਕਰ। ਕਿੰਨਾ ਨੰਬਰ ਆਇਆ? ਨਹੀਂ, ਹੈ ਯਾਰ, ਇੱਕ ਨੰਬਰ ਹੈ ਨਾ ਭਾਈ, ਛੋਟਾ ਦੇ ਦੇ, ਇੱਕ ਨੰਬਰ ਛੋਟਾ ਪਾਓ, ਲਓ ਲਓ ਲਓ, ਪਾਓ ਛਾਪਰਾਂ 'ਚ, ਪਾਓ ਛਾਪਰਾਂ 'ਚ, ਪਾਓ, ਉਹ ਵੀ ਪਾ ਛਾਪਰਾਂ 'ਚ, ਨਹੀਂ ਉਹ ਵਾ ਜਾਂ ਆਇਆ ਵਾ, ਰੈਡ ਕਲਰ ਲੈ, ਚਿਬਟਾ ਮੋਟਰਸਾਈਕਲ, ਚੱਲ ਬਈ, ਚਲੋ, ਅੱਛਾ, ਅੱਲਾ ਖੈਰ ਕਰੇ, ਜੁੱਤੀਆਂ ਲੈ ਲਈਆਂ ਵਾ, ਹੁਣ ਅੱਗੋਂ ਜਿਹੜਾ ਅਸੀਂ ਸਰਪ੍ਰਾਈਜ਼ ਆ ਉਹ ਅੱਗੇ ਲੈਣਾ ਜਾ ਕੇ,
ਠੀਕ ਹੈ ਨਾ, ਅੱਗੋਂ ਜਾ ਕੇ ਲੈ ਕੇ ਤੇ ਫਿਰ ਉੱਥੇ ਚੱਲ ਕੇ ਕੁਮਾਰ ਨਿਕਲ ਕੀ ਉਹਦਾ ਰਿੰਗ ਲੈਣ ਚੱਲ ਆ ਜਾ। ਚਲੋ ਜੀ ਚਲੋ ਆਓ ਟੁਰੋ ਟੁਰੋ ਆ ਜਾਓ। ਤੇ ਅਸੀਂ ਪਹੁੰਚ ਗਏ ਵਾਂ ਦੁਕਾਨ ਤੇ। ਅਸਲਾਮ ਵਾਲੇਕੁਮ ਜਨਾਬ, ਕੀ ਹਾਲ ਹੈ? ਤੁਸੀਂ ਵੈਸੇ ਠੀਕ ਹੈ? ਅੱਛਾ ਕਹੀ ਸੀ ਨਾ ਕਿ ਮੋਟਰ ਤੁਹਾਡੇ ਕੋਲ ਲੈਣੀ ਤਾਂ ਮੋਟਰ ਕੱਟ ਦੋ ਅੱਜ। ਉਸ ਦਿਨ ਨਾ ਮੋਟਰ ਅਸੀਂ ਮਤਲਬ ਲੈਣੀ ਸੀਗੀ, ਲੇਕਿਨ ਅਸੀਂ ਖਵਾਬੀ ਤਾਂ ਨਾ ਮੋਟਰ ਐ ਸੀਗੀ ਪਤਾ ਵੀ ਤੁਹਾਨੂੰ ਕਹੋ ਯਾਰ। ਉਸ ਦਿਨ ਮੋਟਰ ਅਸੀਂ ਪਸੰਦ ਨਹੀਂ ਕਰਕੇ ਗਏ ਸੀਗੇ। ਫਿਰ ਤੇ ਬਤਾਇਆ ਤਾਂ ਪਾਣੀ ਦਾ ਪ੍ਰੈਸ਼ਰ ਹੋਣਾ ਚਾਹੀਦਾ ਵਾ। ਹਾਂ ਮੋਟਰ ਦਾ ਪ੍ਰੈਸ਼ਰ ਖਾਨ ਸਾਹਿਬ, ਮੋਟਰ ਦਾ ਪ੍ਰੈਸ਼ਰ ਲਾ ਦੇਣਾ ਚਾਹੀਦਾ ਤਾਂ ਕਿ ਉੱਥੇ ਜਾ ਕੇ ਨਾ ਹੋਵੇ ਨਾ ਪਤਾ ਲੱਗਿਆ ਕਿ ਪਾਣੀ ਚੱਕਦਾ ਹੀ ਨੀ ਪਿਆ। ਠੀਕ ਹੈ ਨਾ, ਤਾਰ ਉੱਥੇ ਨਾ ਲਾ ਮਸਲਨ ਤਾਰ ਕੀ ਹੋਇਆ ਤਾਰ ਲੰਬੀ ਲੈ ਲੈਣਾ। ਅੱਛਾ ਤੇ ਉਹ ਤਾਰ ਖਾਨ ਕੋਲ ਪਈ ਨੀ ਪਰੇ ਯਾਰ? ਇਹ ਪਵਾ ਤਾਰ ਹੈ ਹੋਰ। ਅੱਛਾ ਉਹ ਹੋਰ ਆ, ਚਲੋ ਜੀ ਹੋਰ ਤਾਰ ਆ ਤੇ ਹੋਰ ਤਾਰ ਲੈ। ਇਹਦਾ ਉਹ ਪੈਪ ਪਾਣੀ ਵਾਲਾ ਉਹ ਹਾਰਡਵੇਅਰ ਵਾਲੇ ਕੱਢਣਾ, ਹੁਣ ਉੱਥੇ ਜਾਵਾਂਗੇ ਹਾਰਡਵੇਅਰ ਵਾਲੇ ਕੋਲ। ਬਸ ਗੇੜੇ ਕੱਢਣ ਦੇ ਰਵਾਂਗੇ ਇੱਥੇ, ਤੁਹਾਡੇ ਕੋਲ ਨਹੀਂ ਹੈ? ਤੁਹਾਡੇ ਕੋਲ ਨਹੀਂ ਹਾਰਡਵੇਅਰ? ਮੋਟਰ ਹੀ ਹੈ। ਚਲੋ ਜੀ ਇਨਸ਼ਾਅੱਲਾ ਕਰਕੇ ਜਦੋਂ ਮੋਟਰ ਲੈ ਮੋਟਰ ਲੈ ਕੇ ਅਲਹਮਦੁਲਿਲਾ ਪੈਕ ਹੋ ਚੁੱਕੀ ਆ, ਦੇਖ ਲਈਏ ਚੈੱਕ ਕਰ ਲਈ ਸਾਰਾ ਕੁਛ ਤੇ ਹੁਣ ਲੈ ਕੇ ਚੱਲਦੇ। ਚਲੋ ਬੈਠੋ 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 ਬੈਠੋ। ਸਮਾਨ ਸਾਰਾ ਅਸੀਂ ਇੱਧਰੋਂ ਲੈ ਲਿਆ, ਠੀਕ ਹੈ ਨਾ, ਮੋਟਰ ਦਾ ਪੂਰਾ ਸਮਾਨ ਕਰ ਲਿਆ, ਹੁਣ ਅੱਲਾ ਕਰ ਕਰੇ। ਚਲੋ ਜੀ ਤੁਰੋ ਚਲੀਏ। ਹਾਂ ਹੁਣ ਹਲੇ ਬੜੀਆਂ ਚੀਜ਼ਾਂ ਲੈਣੀਆਂ, ਹਲੇ ਟੋਰ ਸਹੀ ਜਾਣ ਦੀ ਕਰ, ਹਲੇ ਬੜੀਆਂ ਚੀਜ਼ਾਂ ਲੈਣੀਆਂ। ਬੈਠੋ ਫਿਰ ਮੈਂ ਬੈਟਰੀ ਲੈ ਕੇ ਆਇਆ, ਮੋਬਾਈਲ ਦੀ ਬੈਟਰੀ ਲੈਣੀ ਸੀਗੀ ਚਾਰਜਰ ਤੇ ਮੋਬਾਈਲ ਤੇ। ਮੋਬਾਈਲਾਂ ਦੀ ਦੁਕਾਨ ਤੇ ਪਹੁੰਚੇ ਤੇ ਮੋਬਾਈਲਾਂ ਦੀ ਬੈਟਰੀ ਪੂਰੀ ਮੋਬਾਈਲ ਇੱਕ ਬੈਟਰੀ ਪਵਾ ਲਈ ਤੇ ਲੈ ਕੇ ਫਿਰ ਨਿਕਲਦੇ ਹਾਂ। ਅਸਲਾਮ ਅਲੈਕੁਮ ਭਾਈ, ਕੀ ਹਾਲ ਵੈਸੇ? ਠੀਕ ਹੈ। ਇੱਕ ਮੋਬਾਈਲ ਦੀ ਨਾ ਬੈਟਰੀ ਪਾ ਦੇਗਾ ਬੋਲ ਕੇ ਵਿਚਾਰੇ ਦੇ ਸਾਲਤਾ ਵੀ ਹੋਰ ਲਾਤਾ ਗੁਲਾਮ ਮੁਹੰਮਦ ਬਾਰੀ ਉਹਦੇ ਮੋਟਰਸਾਈਕਲ ਉੱਤੇ ਹੀ ਬੈਠਾ। ਚੱਲ ਬੈਠ ਬੈਠ, ਹੁੰਦਾ ਮੈਂ ਹੁੰਦਾ 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 ਓਕੇ ਹੋ ਗਿਆ ਓਕੇ ਹੋ ਗਿਆ। ਸਮਾਨ ਸਾਰਾ ਲੈ ਕੇ ਅਲਹਮਦੁਲਿਲਾ ਪਹੁੰਚ ਚੁੱਕੇ ਵਾ ਇੱਥੇ ਫਰੂਟ ਚਾਟ ਵਾਲੀ ਦੁਕਾਨ ਤੇ, ਕਿਉਂਕਿ ਗੁਲਾਮ ਮੁਹੰਮਦ ਨਾਲ ਗੁਲਾਮ ਇੱਧਰ ਮੂੰਹ ਕਰੋ ਇੱਧਰ ਮੂੰਹ ਕਰੋ ਕੀ ਗੱਲ ਆ? ਖੈਰ ਉੱਧਰ ਨੂੰ ਦੇਖਾਂ ਦੇ ਅਸੀਂ ਇਹਦੇ ਨਾਲ ਜੂਸ ਦਾ ਗਲਾਸ ਇੱਕ ਇੱਕ ਪੀਨੇ ਵਾ, ਕਿਉਂਕਿ ਚੋਰੀ ਸਾਹਿਬ ਦਾ ਵੀ ਮਸ਼ਹੂਰਾ ਕੀ ਗਾਣਾ ਜੂਝ ਬਿਣਾ ਉੱਚੀ ਬੋਲਦਾ ਜੂਝ ਬਿਣਾ। ਅੱਛਾ ਚੱਲ ਠੀਕ ਆ, ਤੇ ਇੱਥੇ ਜੂਸ ਦਾ ਗਲਾਸ ਪੀਨੇ ਵਾ ਨਹੀਂ ਲੈਲਾ ਦੋ ਜੂਸ ਬੇਹਤਰੀਨ ਕਰਕੇ ਲਾਈਓ, ਠੀਕ ਆ। ਦੋ ਜੂਸ ਲਾਉਣੇ ਇਹ ਜੂਸ ਨੀ ਪੀਣਾ ਹੈਗਾ ਕਿਉਂਕਿ ਇਹਨੇ ਲਾ ਕਿਹੜਾ ਦਹੀਂ ਬਣਾ ਲਏ ਆਹੋ ਦਹੀਂ ਭਲੇ ਇਹਨੇ ਦਹੀਂ ਭਲੇ ਅਸੀਂ ਖਾਵਾਂ ਪੀਵਾਂਗੇ ਜੂਸ ਮੈਂ ਪੀਵਾਂਗਾ ਔਰ ਗੁਲਾਮ ਮੁਹੰਮਦ ਕਿਉਂ ਵੀ ਜੂਸ ਪੀਵਾਂਗੇ ਆਪਾਂ ਹੈ ਵੀ ਚੱਲ ਠੀਕ ਹੋ ਗਿਆ ਓਕੇ ਕਰ ਨਹੀਂ ਭੱਲੇ ਆ ਗਏ ਹਾਜੀ ਸੁਲਾ ਵੀ ਮਾਰ ਲਈ ਦੀ ਹੁੰਦੀ ਕਿਸੇ ਨੂੰ ਸਾਡਾ ਜੂਸ ਲੇਟ ਆ ਨਹੀਂ ਭੱਲੇ ਇਹਦੇ ਆ ਗਏ ਵਾ ਠੀਕ ਹੈ ਨਾ ਤੇ ਕਹਿੰਦਾ ਕੰਮ ਆਪਣਾ ਆਪਣਾ ਠੀਕ ਹੈ ਨਾ ਸਾਫ ਲਾ ਲਓ ਕਿ ਸੁਲਾ ਜੁਲਾ ਕੋ ਨਹੀਂ ਆ ਠੀਕ ਹੈ ਨਾ ਲੈ ਵੀ ਤੈਨੂੰ ਮਾਰੀ ਚਾਚੂ ਨੇ ਸੁਲਾ ਨਹੀਂ ਮਾਰੀ ਹੈ ਨਾ ਹਾਂ ਦੇਖ ਲਾ ਸੁਲਾ ਉਹ ਨਹੀਂ ਮਾਰ ਸੁਲਾ ਵਾਲਾ ਕੋਈ ਸਿਸਟਮ ਹੋ ਨਹੀਂ ਆ ਚੱਲ ਆਪਣਾ ਵੀ ਜੂਸ ਆਇਆ ਨਾ ਆਪਾਂ ਵੀ ਸੁਲਾ ਨਹੀਂ ਇਹਨਾਂ ਨੂੰ ਮਾਰਨੀ ਠੀਕ ਆ ਹਾਂ ਆਪਣਾ ਸਾਡਾ ਵੀ ਜੂਸ ਆ ਹੋਰ ਦੋ ਮਿੰਟ ਲੱਗ ਜਾਂਦੇ ਲੱਗਾ ਪਿਆ ਚੋਰੀ ਸਾਹਿਬ ਜੂਸ ਨੂੰ
ਚਲੀਏ ਹਾਂ, ਤੁਸੀਂ ਭੱਜਣ ਦੀ ਕਰੋ ਨਿਕਲਦੇ ਘਰ ਹੁਣ ਕਿਤੇ ਬ੍ਰੇਕ ਕੋਲ ਨੀ ਤਾਰਾ ਵੀ ਫੜ ਲਾ ਚੱਲ ਕੀ ਬਣਾਉਣਾ ਇਹਦੇ ਵਿੱਚ ਜੋਗੀ ਕੱਢਣਾ ਹੁਣ ਹੈ ਇਹ ਜੋਗੀ ਕੱਢਣਾ ਹੁਣ ਨਵੀਂ ਕੋਈ ਨਾ ਕੰਮ ਕਰੀ ਕੀ ਕੱਢਣਾ ਹੁਣ ਹੈਲੋ ਅਜਾ ਉਹ ਰਿੰਗ ਆਪਣੀ ਮੋਟਰ ਵਾਸਤੇ ਲੈ ਕੇ ਆਇਆ ਘਰ ਪਹੁੰਚ ਚੁੱਕੇ ਵਾ ਠੀਕ ਹੈ ਨਾ ਬਿਸਮਿਲ੍ਲਾ ਰਹਿਮਾਨ ਰਹੀਮ ਦਰਵਾਜ਼ਾ ਖੋਲੀਏ ਓ ਬੂਆ ਲੱਗਾ ਬੂ ਗੇਟ ਖੜਕਾਓ ਸਲਾਮ ਅਲੈਕਮ ਗੇਟ ਖੜਕਾਓ ਚਲੋ 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 ਅਸਲਾਮ ਅਲੈਕਮ ਜਨਾਬ ਸਲਾਮ ਕਿਆ ਲਓ ਜੀ ਜਨਾਬ ਫੜੋ ਜਰਾ ਸਮਾਨ ਦੇਖ ਤੂੰ ਚੈੱਕ ਕਰ ਸੁਣਾ ਠੀਕ ਹੈ ਲਿਆਓ ਜੀ ਦਿਖਾਓ ਮੰਮਾ ਨੂੰ ਸਾਰਾ ਕੁਛ ਲਿਆਓ ਇੱਧਰ ਪਹਿਲੇ ਨਾ ਉੱਥੇ ਮੰਜੀ 'ਤੇ ਰੱਖੋ ਮੰਜੀ 'ਤੇ ਬਹਿ ਕੇ ਆਪਾਂ ਸਾਰਾ ਕੁਛ ਦਿਖਾਉਂਦੇ ਅਸੀਂ ਕੀ ਲੈ ਕੇ ਆ ਔਰ ਕਿਹੜੀ ਕਿਹੜਾ ਸਰਪ੍ਰਾਈਜ਼ ਆ ਠੀਕ ਹੈ ਨਾ ਸਾਰਾ ਕੁਛ ਦਿਖਾਉਂਦੇ ਹਾਂ ਠੀਕ ਹੈ ਫਿਰ ਹਲੇ ਇੱਕ ਹੋਰ ਸਰਪ੍ਰਾਈਜ਼ ਆਇਆ ਵਾ ਉਹ ਵੀ ਹਲੇ ਦਿਖਾਉਣਾ ਵਾ ਅੱਛਾ ਜੀ ਮਾਸ਼ਾਅੱਲਾ ਅਲਹਮਦੁਲਿਲਾ ਸਮਾਨ ਜਿਹੜਾ ਲੈ ਕੇ ਆਇਆ ਉਹ ਦਿਖਾਉਂਦੇ ਵਾ ਪਹਿਲਾਂ ਤਾਂ ਨਾਲ ਨਾਲ ਦਿਖਾਉਂਦੇ ਰਹੇ ਵਾ ਲੇਕਿਨ ਕਿਤੇ ਕਿਤੇ ਨਾ ਮਤਲਬ ਨਹੀਂ ਸੀਗਾ ਕਿ ਬਾਰਿਸ਼ ਪੈਣ ਲੱਗ ਗਈ ਵਿੱਚ ਕਣੀਆਂ ਲੱਗ ਜਾਂਦੀਆਂ ਸੀਗੀਆਂ ਸਭ ਤੋਂ ਪਹਿਲੇ ਬਿਸਮਿਲ੍ਲਾ ਰਹਿਮਾਨ ਰਹੀਮ ਮੋਟਰ ਠੀਕ ਹੈ ਨਾ ਇਹ ਮੋਟਰ ਲੈ ਕੇ ਆਇਆ ਜੀ ਠੀਕ ਹੈ ਨਾ ਅਲਹਮਦੁਲਿਲਾ ਅਲਹਮਦੁਲਿਲਾ ਜਿਸ ਤਰ੍ਹਾਂ ਕਿ ਮੈਂ ਹਰ ਵੀਡੀਓ 'ਚ ਨਾ ਦਿੰਦਾ ਮੈਰ ਦੀ ਭੈਣ ਮੇਰੀ ਭੈਣ ਅੱਲਾਹ ਤਾਲਾ ਨੂੰ ਤੰਦਰੁਸਤੀ ਦੇਵੇ ਸਿਹਤ ਦੇਵੇ ਅੱਲਾਹ ਤਾਲਾ ਨੂੰ ਆਪਣੇ ਇਗਜ਼ਾਮਾਂ 'ਚ ਰੱਖੇ ਮੋਟਰ ਪਿੱਛੇ ਲੱਗੀ ਸੀ ਕਿਸੇ ਦੀ ਠੀਕ ਹੈ ਨਾ ਮਤਲਬ ਜਿਹੜਾ ਭਾਈ ਨਾਲ ਗਿਆ ਸੀ ਹੌਲੀ ਸੀ ਉਹ ਲਾ ਕੇ ਲੈ ਗਿਆ ਸੀ ਫਿਰ ਉਸ ਤੋਂ ਬਾਅਦ ਇਹ ਉਹਨਾਂ ਦੀ ਤਰਫੋਂ ਮੋਟਰ ਫਿਰ ਇਨਸ਼ਾਅੱਲਾ ਇਹ ਵੀ ਸਾਰਾ ਕੁਛ ਅਗਲੇ ਵਲੋਗ 'ਚ ਹੋਏਗਾ ਕਿਉਂਕਿ ਅੱਜ ਜਿਹੜੀ ਬਾਰਿਸ਼ ਪੈ ਰਹੀ ਉਹਦੇ ਵਿੱਚ ਫਿੱਟ ਨਹੀਂ ਹੋ ਸਕਦੀ ਲੈ ਕੇ ਆ ਗਏ ਅਸੀਂ ਘਰ ਪਹਿਲੇ ਇਹ ਮੋਟਰ ਵਗੈਰਾ ਸਾਰੀ ਫਿੱਟ ਕਰਕੇ ਇਹਨੂੰ ਇਹਦੇ 'ਚੋਂ ਪਾਣੀ ਚੁਕਾ ਕੇ ਚਲਾ ਕੇ ਇਹ ਦੇਣਗੇ ਠੀਕ ਹੈ ਨਾ ਹੈਵੀ ਹੋ ਗਿਆ ਸਾਡਾ ਠੀਕ ਹੈ ਨਾ ਹੁਣ ਆ ਜਾਵੇ ਅਗਲੀ ਇਹ ਮੇਰੇ ਗੁਲਾਮ ਮੁਹੰਮਦ ਦੀ ਜੁੱਤੀ ਠੀਕ ਹੈ ਨਾ ਇਹ ਵੀ ਬੁੱਫੋ ਦੀ ਤਰਫੋਂ ਬੁੱਬੋ ਨੂੰ ਵੀ ਥੈਂਕ ਯੂ ਕਰੋ ਹਾਂਜੀ ਇਹ ਵੀ ਮੇਰੇ ਸਮੀਰਲਾ ਸਾਹਮਣੇ ਕਰਕੇ ਦਿਖਾਓ ਕੈਸੇ ਕੈਸੇ ਕਾਰਟੂਨ ਦਿਖਾਓ ਕਾਰਟੂਨ ਦਿਖਾਓ ਇਹ ਇਸ ਤਰ੍ਹਾਂ ਇਸ ਤਰ੍ਹਾਂ ਦਿਖਾਓ ਇਸ ਤਰ੍ਹਾਂ ਇਹ ਆਪੂ ਕੀ ਸੈਰ ਦਿਖਾਉਂਦੇ ਇਹਦੇ ਗੱਲ ਦੇਖ ਕੁੱਟੀ ਸੈਰ ਦਿਖਾਉਂਦੇ ਆ ਠੀਕ ਹੈ ਨਾ ਇਹ ਮਾਸ਼ਾਅੱਲਾ ਦੋਨਾਂ ਦੀਆਂ ਜੁੱਤੀਆਂ ਹੋ ਗਈਆਂ ਸਮਾਨ ਦੇ ਵਿੱਚ ਆ ਜਾਂਦੀ ਇੱਕ ਆ ਜਾਂਦੀ ਵਾ ਇਹ ਤਾਰ ਇਹ ਤਾਰ ਵੀ ਹਲੇ ਇਹਨੂੰ ਲੱਗਣੀ ਆ ਕਿਉਂਕਿ ਸਾਰਾ ਕੁਛ ਇਹ ਕੰਮ ਕਰਨਾ ਪਲੰਬਰ ਉਸ ਤੋਂ ਬਾਅਦ ਆ ਜਾਂਦਾ ਜੀ ਇਹ ਜਿਹੜਾ ਲੈਟ ਜਨਾਬ ਤੁਸੀਂ ਕਹਿੰਦੇ ਨੇ ਤਾਰ 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 ਦੀ ਵੀ ਅਸੀਂ ਲੈ ਕੇ ਇਹ ਕੋਲੀ ਕਿੱਦਾਂ ਵਾ ਕਿੱਦਾਂ ਕੋਲੀ ਏਦਾਂ ਵੀ ਚੱਲਦੀ ਆ ਠੀਕ ਹੈ ਏਦਾਂ ਬੰਦ ਹੋ ਗਈ ਏਦਾਂ ਵੀ ਚੱਲ ਠੀਕ ਹੈ ਇਸ ਤਰ੍ਹਾਂ ਵੀ ਚੱਲਦੀ ਠੀਕ ਹੈ ਠੀਕ ਹੋ ਗਿਆ ਏਦਾਂ ਵੀ ਚੱਲਦੀ ਹੈ ਠੀਕ ਹੈ ਇਹ ਤਾਰ ਵੀ ਲੈ ਕੇ ਇਹਨੂੰ ਨਾ ਚਾਰੇ ਹੀ ਲਾਉਣਾ ਇਹ ਇੱਥੋਂ ਕੱਢਣੀ ਵਾ ਠੀਕ ਹੈ ਨਾ ਚਾਰੇ ਨਾਲ ਹਾਂਜੀ ਇਹ ਇੱਥੋਂ ਲੈ ਕੇ ਇਹਨੂੰ ਪਹਿਲਾਂ ਇੱਕ ਵਾਰੀ ਇਹਨੂੰ ਚਾਰੇ ਫੁੱਲ ਕਰ ਲੈਣਾ ਅੱਲਾ ਖੈਰ ਕਰੇ ਅੱਛਾ ਪੋ ਜੀ ਸਾਰਾ ਸਮਾਨ ਆਪਣਾ ਸੈਪਰੇਟ ਕਰੋ ਫਿਰ ਇਨਸ਼ਾਅੱਲਾ ਸਵੇਰੇ ਪਲੰਬਰ ਆਏਗਾ ਪਲੰਬਰ ਆ ਕੇ ਜੁੱਤੀ ਪਾ ਕੇ ਦਿਖਾ ਕਿੱਦਾਂ ਪੂਰੀ ਆਂਦੀ ਤੁਸੀਂ ਵੀ ਪਾਓ ਤੇ ਤੂੰ ਤੇਰੀ ਤੋਂ ਤਾਂ ਪੂਰੀ ਕਰਾ ਕੇ ਲਿਆ ਤੇਰੇ ਪੂਰੀ ਆ ਹੈ ਪੂਰੀ ਆ ਗਈ ਇਹਦੇ ਮੇਰੇ ਨਾਲ ਦੇਖ ਕੇ ਦੱਸ ਨਾ ਓਕੇ ਫਿੱਟ ਆ ਪੁੱਪੂ ਨੂੰ ਥੈਂਕ ਯੂ ਕਰੋ ਤੁਸੀਂ ਵੀ ਪੂਰੀ ਆ ਗਈ ਨਾ ਜੁੱਤੀ
ਚਲੋ ਜੀ ਅੱਛਾ ਅਲਹਮਦੁਲਿਲਾ ਇਹਨਾਂ ਦੀਆਂ ਜੁੱਤੀਆਂ ਹੋ ਗਈਆਂ ਪੂਰੀਆਂ। ਸਮਾਨ ਚੱਕ ਉਧਰ ਜਾ ਕੇ ਨਾ ਮੰਮਾ ਨੂੰ ਸਾਰਾ ਦੇ, ਸਾਰਾ ਲਿਜਾ ਕੇ ਨਾ ਮੰਮਾ ਦੇ, ਉਹਨੂੰ ਕਹਿ ਸਾਂਭ ਕੇ ਰੱਖ, ਠੀਕ ਹੈ ਨਾ, ਉਧਰ ਲੈ ਜਾ, ਉਧਰ ਸਾਂਭ ਕੇ ਰੱਖੋ, ਠੀਕ ਹੈ। ਔਰ ਅਲਹਮਦੁਲਿਲਾ ਅੱਲਾਹ ਖੈਰ ਕਰੇ, ਇੱਟ ਜਿਸ ਤਰ੍ਹਾਂ ਕਿ ਬਾਰਿਸ਼ ਹੋ ਰਹੀ ਆ, ਕਿਨਮਿਨ ਹਲੇ ਵੀ ਕਿਨਮਿਨ ਹੋ ਰਹੀ ਆ, ਠੀਕ ਹੈ, ਬਾਰਿਸ਼ ਹੋ ਰਹੀ ਆ, ਇਸ ਕਰਕੇ ਬਾਰਿਸ਼ ਦਾ ਕਰਕੇ ਅਸੀਂ ਮਸਲਨ ਕੰਮ ਜਿਹੜਾ ਰੋਕ ਦਿੱਤਾ ਹੋਇਆ ਵਾ। ਇਹ ਦੇਖੋ ਕੰਮ ਰੁਕਿਆ ਹੋਇਆ ਵਾ ਬਾਰਿਸ਼ ਦਾ ਕਰਕੇ, ਪਾਣੀ ਵੱਲੋਂ ਤੁਹਾਨੂੰ ਇੱਥੋਂ ਪਤਾ ਲੱਗਦਾ ਹੀ ਹੋਏਗਾ ਕਿ ਕਿਵੇਂ ਪਾਣੀ ਬਾਹਰ ਵੀ, ਮਸਲਨ ਮੈਂ ਦਿਖਾਇਆ ਵਾ ਕਿ ਬਾਹਰ ਵੀ ਬਹੁਤ ਜ਼ਿਆਦਾ ਪਾਣੀ ਖੜਾ ਸੀਗਾ, ਠੀਕ ਹੈ। ਚਲੋ ਅੱਛਾ ਅੱਲਾ ਖੈਰ ਕਰੇ, ਇਨਸ਼ਾਅੱਲਾ ਜੇ ਅਗਰ ਅੱਜ ਬਾਰਿਸ਼ ਧੀਮੀ ਹੋ ਗਈ ਤਾਂ ਸਵੇਰੇ ਮੋਟਰ ਹਰ ਚੀਜ਼ ਸਵੇਰੇ ਇਨਸ਼ਾਅੱਲਾ ਫਿੱਟ ਕਰਾਂਗੇ ਔਰ ਸਵੇਰੇ ਕੰਮ ਵੀ ਚਲਾਵਾਂਗੇ। ਸੂਰੇ ਭੱਜੇ ਨੂੰ ਆਓ ਚੋਰੀ ਸਾਹਿਬ, ਤੁਸੀਂ ਉਹ ਉੱਥੇ ਜਾਓ ਬੱਕਰੀਆਂ ਦੇ ਸਵਾਦ ਵਾਲੇ, ਚਲੋ ਬੱਕਰੀਆਂ ਦੇ ਦੁਆਲੇ ਤੁਸੀਂ ਉਹ ਤੇ ਅਲੀ ਰਜ਼ਾ ਆ ਰਿਹਾ, ਅਲੀ ਰਜ਼ਾ ਆ ਜਾਓ ਜੀ, ਆ ਜਾਓ ਆ ਜਾਓ ਜੀ ਮੇਰਾ ਬੇਟਾ, ਆ ਜਾਓ, ਸ਼ਾਬਾਸ਼ ਮੇਰਾ ਬੇਟਾ, ਐ ਲਓ ਪੈਸੇ, ਠੀਕ ਹੈ ਨਾ, ਬੱਕਰੀਆਂ ਚੜ੍ਹਦੀਆਂ ਪਈਆਂ, ਠੀਕ ਹੈ, ਪੈਸੇ ਲਓ ਤੇ ਜਾ ਕੇ ਨਾ ਮੰਮਾ ਨੂੰ ਨਾ ਘਿਓ ਲਿਆ ਦਿਓ, ਘਰੀ ਲਿਆ ਦਿਓ, ਘਰੀ ਕਹਿੰਦੀ ਸੀ ਘਰੀ ਲਿਆ ਮੰਗਾਉਣਾ ਵਾ, ਠੀਕ ਹੈ, ਚੱਲ ਘਰੀ ਲਿਆ ਕਰੇ ਫਿਰ। ਚਲੋ ਅੱਛਾ ਅੱਲਾ ਖੈਰ ਕਰੇ, ਜਾਂਦਾ ਵਾ ਤੇ ਇਹ ਜਾ ਕੇ ਨਾ ਘਿਓ ਲਿਆ ਕੇ ਦਿੰਦਾ ਆਪਣੇ ਨਾਨੀ ਦੁਕਾਨ ਤੋਂ, ਇੱਥੇ ਲਿਆਈ ਹੈ ਕਿਲੋ ਕਿਲੋ ਵਾਲਾ ਪੈਕਟ ਨਾ, ਇੱਥੋਂ ਹੀ ਆਪਣੇ ਨਾਨੇ ਵਾਲੀ ਦੁਕਾਨ ਤੋਂ ਲਿਆਈ, ਠੀਕ ਹੈ। ਚੱਲ ਭਾਜੀ ਇੱਕ ਵਾਰ ਨਾ ਇਸਤਰੀ ਨਾ ਫਿੱਟ ਕਰਨ ਦੀ ਕਰੋ, ਦੂਸਰੀ ਤੁਹਾਡੀ ਖੱਪ ਨਾ ਆਵੇ, ਠੀਕ ਹੈ ਨਾ, ਲੈ ਕੇ ਆ ਸਾਰੇ ਪੁਰਜੇ ਲੈ ਕੇ ਆਇਆ ਹਨਾ, ਇਹ ਜਾਂਦੇ ਹੋ ਇੱਥੇ ਰੱਖ ਕੇ ਜਾਣੇ ਆ, ਮੈਂ ਵੀ ਦੱਸ ਦਿੱਤਾ ਜੀ, ਮੰਗ ਕੇ ਨਹੀਂ ਲਿਆਇਆ, ਮੈਨੂੰ ਇਸ ਗੱਲ ਨਾਲ ਨਹੀਂ ਹੈ, ਕਿਉਂਕਿ ਬਾਅਦ ਵਿੱਚ ਜਦੋਂ ਇਸਤਰੀ ਕੋਈ ਸ਼ਾਇਦ ਨੈਟ ਖੋਲਣਾ ਪਹਿਲਾਂ ਸਾਡੇ ਕੋਲ ਨਹੀਂ ਖੁੱਲਦਾ ਹੈਗਾ ਕਿ ਉਹ ਕਿਵੇਂ ਖੋਲਣਾ ਕਿਵੇਂ ਨਹੀਂ, ਠੀਕ ਹੈ, ਹਾਂਜੀ ਇਹ ਭਾਈ ਕਿਹੜੀ ਪਤਾ ਨੀ ਯਾਰ, ਤੇਰੀ ਭਾਬੀ ਜੋ ਵੀ ਮਕੈਨਿਕ ਆ ਉਹੀ ਕਰਦੀ, ਮੈਂ ਤੇ ਅੱਜ ਮਤਲਬ ਇਸਤਰੀ ਦੇ ਨੇੜੇ ਹੀ ਲਾ, ਹੈ ਨੈਟ ਗਾਇਬ, ਇਹ ਮੈਨੂੰ ਲੱਗਦਾ ਸਾਡੀ ਇਸਤਰੀ ਨੂੰ ਨਾ ਸ਼ਰੀਕਾਂ ਨੇ ਤਵੀਤ ਪਾਏ ਆ, ਲੱਗਦਾ ਉਹ ਵਿੱਚ ਉਹ ਦੇਖੋ ਉਹ ਕੀ ਨਿਕਲਣ ਦੇ, ਉਹ ਕਿੱਦਾਂ ਦੀਆਂ ਚੀਜ਼ਾਂ ਨਿਕਲਣ ਦੀ, ਹੁਣ ਇਹ ਚੀਜ਼ਾਂ ਹੈ ਇਹਦੀਆਂ ਜਿਹੜੀਆਂ ਵਿੱਚੋਂ ਨਿਕਲਣ ਦੀਆਂ, ਪਹਿਚਾਨ ਇੱਕ ਰੱਬ, ਕਿਹੜੀ ਸ਼ਾਇਦ ਨਟ ਕਿੱਥੋਂ ਲੱਭਾਂ ਯਾਰ, ਮੈਨੂੰ ਹੁਣ ਕੀ ਪਤਾ ਕਿਹੜਾ ਨਟ ਲੱਗਣਾ ਕਿਹੜਾ ਨਹੀਂ, ਮੈਨੂੰ ਕੀ ਸਮਝ ਆ ਗਈ, ਮੈਨੂੰ ਸਮਝ ਹੋਵੇ ਫੇਰ ਹੈ, ਜਦ ਹੋਵੇ ਨਾ ਕਿ ਨਟ ਦੇ ਵਿੱਚ ਸਮਝ ਹੋਵੇ ਕਿ ਕਿੱਦਾਂ ਮਸਲਣਾ ਹੁੰਦੀ ਵਾ, ਠੀਕ ਹੈ ਨਾ, ਕਿਸ ਤਰੀਕੇ ਦਾ ਇਸ ਤਰ੍ਹਾਂ ਦਾ ਨਟ, ਅੱਛਾ ਉਹ ਜਾ ਆਪਣੀ ਮੰਮਾ ਨੂੰ ਕਹਿ ਉਹ ਡੱਬਾ ਨਾ ਚੁੱਕ ਕੇ ਦੇ ਨੱਟਾਂ ਵਾਲਾ, ਉਹਦੇ ਵਿੱਚ ਸ਼ਾਇਦ ਕੋਈ ਪਿਆ ਹੋਵੇ, ਨਟ ਦੇਖਦੇ ਮੈਂ ਡੱਬਾ ਪਿਆ ਵਾ, ਡੱਬਾ ਡੱਬੇ ਦੇ ਵਿੱਚ ਰੱਖੇ ਹੋਏ ਨਟ, ਲੈ ਕੇ ਆ ਜਿਹੜਾ ਗਿਆ, ਆ ਗਿਆ ਡੱਬਾ, ਡੱਬਾ ਆ ਗਿਆ, ਆ ਲੈ ਜਿਹੜਾ ਲੱਗਦਾ ਉਹ ਲਾ ਦੇ, ਉਹ ਟੈਸਟ ਚੁੱਕ ਲੈ, ਇਹਨੂੰ ਚੁੱਕ ਕੇ ਲੈ ਜਾਣੀ, ਓਏ ਉਧਰ ਵੀ ਉਹ ਪਿਆ ਈ ਟੈਸਟ, ਉਹ ਅੱਛਾ ਚਲੋ ਇਹ ਭਾਈ ਉਹ ਟੈਸਟ ਸਾਡਾ ਨਾ ਵਟਾਇਆ ਨਾ ਗਿਆ ਵਾ, ਸਾਡਾ ਟੈਸਟ ਨਵਾਂ ਵਾ, ਮਤਲਬ ਬਲਦਾ ਵੀ ਆ ਸਾਡਾ, ਅਸੀਂ ਬਾਲ ਕੇ ਚੈੱਕ ਕਰਨਾ ਕਰਨਾ ਹੀ ਬਾਅਦ, ਮੁੜ ਕੇ ਜਿਹੜਾ ਬਲਬ ਸੜਿਆ ਹੋਵੇ ਉਹ ਇੱਥੇ ਰੱਖ ਦੇਵੇ, ਇਹ ਵੀ ਧਿਆਨ ਕਰੀ, ਬਲਬ ਲਾਣਾ ਵਾ, ਹੈ 100 ਵੋਲਟ ਵਾਲੇ ਮੰਗਾਵਾਂ, ਹੈ 100 ਵੋਲਟ ਵਾਲਾ 80 ਵੋਲਟ ਵਾਲਾ, ਉਹ ਭਾਈ ਐਵੇਂ ਨਾ ਕਰ, ਓਏ ਜ਼ਾਲਮਾ ਓਏ ਮਾਸੂਮ ਜੀ ਹੈਗੀ ਆ, ਉਹਦੀਆਂ ਤਾਰਾਂ ਕਿਵੇਂ ਕੱਢਦਾ ਜੀ, ਉਹ ਜ਼ਾਲਮਾ ਇਦਾਂ ਨਾ ਕਰ, ਸਾਰੀ ਇਸਤਰੀ ਜੁਗਾੜ ਨਾਲ ਬਣੀ ਪਈ ਕਸਾ ਮਿਲ ਲਈ, ਤੁਸੀਂ ਜੁਗਾੜ ਹੀ ਪੈਦਾ ਹੋਇਆ ਓਏ ਭਾਜੀ, ਜੁਗਾੜ ਅੱਜ ਕੱਲ ਦੇਖ ਲਾ ਕਿ 2022 ਤੋਂ ਜੁਗਾੜ ਤੇ ਚੱਲਦੀ ਆ ਰਹੀ ਆ, ਇਹ ਪਹਿਲੀ ਵਾਰੀ ਤੇਰੇ ਹੱਥ ਲਵਾਣ ਦੇ ਮਾ ਅਸੀਂ ਹਿਸਾਬ ਲਾ ਲਾ ਕਿ ਸ਼ੁਕਰ ਕਰ ਨਸੀਬਾਂ ਵਾਲਾ ਤੇਰੇ ਹੱਥ ਦੀ, ਮੈਂ ਕਹਿੰਦਾ ਯਕੀਨ ਮਨਾ ਵੇਖ ਹੋ ਰਿਹਾ, ਹਾਂ ਹਾਂ ਮੈਂ ਕਿਤੇ ਦੱਸਿਆ ਨਾ ਮੈਂ ਉਹੀ ਗੱਲ ਕੀਤਾ, ਸ਼ੁਕਰ ਕਰ ਨਸੀਬਾਂ ਵਾਲਾ ਵਾ ਤੂੰ ਕਿ ਤੈਨੂੰ ਅਸੀਂ ਇਸ ਇਸਤਰੀ ਨੂੰ ਹੱਥ ਲਵਾ ਰਹੇ ਹਾਂ,
ਨਹੀਂ ਤਾਂ ਅਸੀਂ ਇਹ ਜੁਗਾੜ ਵਾਲੀ ਜਿਹੜੀ ਰੱਖੀ ਹੋਈ ਅਸੀਂ ਹੱਥ ਨਹੀਂ ਲਵਾਇਆ ਅੱਜ ਤਾਈ ਕਾਰੀਗਰ ਕੋਲੋਂ, ਇਹ ਜਿਵੇਂ ਆਈ ਉਵੇਂ ਹੀ ਚੱਲਦੀ ਪਈ ਆ। ਨਸੀਬਾਂ ਵਾਲਾ ਤੂੰ ਜਾ ਕੇ ਸਗੋ ਅੱਧਾ ਕਿਲੋ ਕੋਈ ਸ਼ੈ ਮੰਗਾ, ਵੰਡ ਵੁੰਡ ਕਿਸੇ ਇਸਤਰੀ, ਇਹ ਜਿਹੜੀ ਇਸਤਰੀ ਆ ਦੇਖ ਵਿੱਚ ਵਿੱਚ ਦੇਖ ਵਿੱਚ ਪੱਥਰ ਨਿਕਲਿਆ ਦੇਖ, ਏਦਾਂ ਹੈ ਕਿਸੇ ਇਸਤਰੀ ਦੇ ਵਿੱਚ? ਹਾਂ ਇਹ ਕਈ ਇਸਤਰੀ ਦੇ ਵਿੱਚ ਨਿਕਲਦਾ ਐਵੇਂ ਪੱਥਰ, ਆ ਵੇਖ 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 ਏਦਾਂ ਦਾ, ਏਦਾਂ ਦਾ ਘੱਟਾ ਕਦੀ ਨਿਕਲਿਆ ਕਿਸੇ ਇਸਤਰੀ ਵਿੱਚੋਂ? ਦੱਸ ਦੱਸ ਆਪਣੇ ਇਮਾਨਦਾਰੀ ਨਾਲ ਦੱਸ, ਇੰਨਾ ਘੱਟਾ ਕਦੀ ਨਿਕਲਿਆ ਤੂੰ ਆਪਣੇ ਇਮਾਨਦਾਰੀ? ਯਾਰ ਤੂੰ ਦੱਸ ਇੰਨਾ ਘੱਟਾ ਨਿਕਲਿਆ ਕਦੀ ਕਦੀ ਕਿਸੇ ਇਸਤਰੀ ਚੋਂ? ਯਾਰ ਤੂੰ ਕਮਲਿਆਂ ਵਾਲੀਆਂ ਗੱਲਾਂ ਕਰਦਾ ਯਾਰ, ਤੂੰ ਸਮਝ ਆ ਰਹੀ ਵਾਲੀਆਂ ਗੱਲਾਂ ਕਰ, ਤੈਨੂੰ ਪਤਾ ਲੱਗੇ ਇਸਤਰੀ ਕਿਹੜੀ ਚੀਜ਼ ਆ। ਹੈ ਮੈਨੂੰ ਹੁਣ ਸਾਰਾ ਖਿਲਾਰ ਕੇ ਬਹਿ ਗਿਆ ਤੇ ਮੈਂ ਫਿੱਟ ਵੀ ਏਦਾਂ ਹੀ ਕੀਤੀ ਕਰਾਈ ਲੈਣੀ ਆ, ਮੈਂ ਦੱਸ ਛੜਿਆ ਹੀ ਇਹਨੂੰ ਖਿਲਾਰ ਕੇ ਨਾ ਨਿਕਲ ਜਾਈ ਇਹਨੂੰ ਫਿੱਟ ਕਰ, ਤੇ ਹੁਣ ਨਾ ਇਹਨੂੰ ਫਿੱਟ ਹੋ ਕੇ ਨਾ ਨਾਲ ਹੋ ਕੇ ਨਾ ਇਹਨੂੰ ਫਿੱਟ ਕਰਵਾਉਣਾ ਮੈਂ। ਅੱਲਾ ਰਹਿਮਾਨ ਰਹੀਮ, ਇਸਤਰੀ ਗਈ ਚੱਲ ਸਾਰੀ ਗਈ ਬਾਣ, ਹਾਂਜੀ ਕਰੰਟ ਆ ਰਿਹਾ ਜੀ, ਦੇਖੀ ਥੱਲੋ ਮੰਜੀ ਦਾ ਵੀ ਬੇੜਾ ਕਰੇ, ਚਾਰ ਪਾਈ ਦਾ ਨਾ ਕਰ ਦੇ, ਇਵੇਂ ਆਇਆ ਨਹੀਂ ਇੰਗਲਿਸ਼ ਜਿਹੜੀ ਇੱਜ਼ਤ ਕਰਦੀ ਸੀ ਇਹਦੀ ਕਿ ਮਾਸ਼ਾਅੱਲਾ ਅਲਹਮਦੁਲਿਲਾ ਮਸਾਇਆ ਵੀ ਆ ਪਿਆਰ ਮੁਹੱਬਤ ਆ, ਠੀਕ ਹੈ ਨਾ ਭਾਅ ਜੀ? ਪਹਿਲੇ ਲਾਈਟ ਦਾ ਉਹ ਪਾਓ, ਹੁਣ ਵੇਖੀ ਹੁਣ ਹੁਣ ਇਹਦੇ ਕੰਮ ਚੈੱਕ ਕਰੀ, ਉਹ ਪਹਿਲੇ ਲਾਈਟ ਵਾਲਾ ਪਾ ਲਓ ਭਈਆ ਨੇ, ਇਹ ਇਦਾਂ ਕਰ ਦੇਣਾ ਇਦਾਂ ਕਰ, ਹਾਂ ਐਂ ਕਰੀ ਦੇ ਬਸ। ਅੱਛਾ ਵੈਸੇ ਸਹੀ ਕਹਿੰਦੇ ਆ, ਵੱਡੇ ਹੋ ਕੇ ਨਾ ਸਕੂਲ ਪੜ੍ਹਾਉਂਦੇ ਸੀ ਨਾ ਤੇ ਕਹਿੰਦੇ ਸੀ ਸਾਡੇ ਪੁੱਤ ਨੇ ਵੱਡਾ ਹੋ ਕੇ ਬਣਨਾ ਵਾ ਪਾਇਲਟ, ਵੱਡਾ ਹੋ ਗਿਆ ਦੇਖ ਲਓ ਜਹਾਜ਼ ਬਣਿਆ ਫਿਰਦਾ ਹੀ, ਹਿਸਾਬ ਲਾ ਲਓ ਇਕੱਲਾ ਜਹਾਜ਼ ਨਹੀਂ ਨਾਲ ਕੀ ਆ ਹੈਲੀਕਾਪਟਰ, ਨਾਲ ਹੈਲੀਕਾਪਟਰ, ਇਕੱਲਾ ਜਹਾਜ਼ ਨਹੀਂ ਨਾਲ ਹੈਲੀਕਾਪਟਰ ਬਣਿਆ ਕਰਾ। ਚਲੋ ਜੀ ਮਾਸ਼ਾਅੱਲਾ ਅਲਹਮਦੁਲਿਲਾ ਅੱਲਾ ਖੈਰ ਕਰੇ ਭਾਜੀ, ਇਸਤਰੀ ਬਿਲਕੁਲ ਤਿਆਰ ਹੋ ਗਈ ਹੁਣ, ਹੁਣ ਯਾਰ ਫੱਟੀ ਨੂੰ ਰੱਬ ਵੈਸੇ ਪਿਆਰ ਨਾ ਪਾ ਲਾ, ਜਦੋਂ ਤੂੰ ਐਵੇਂ ਐਵੇਂ ਮਾਰਦਾ ਨਾ ਯਕੀਨ ਕਰ ਦਿਲ ਨੂੰ ਕੁਛ ਹੁੰਦਾ, ਦਿਲ ਨੂੰ ਕੁਛ ਹੁੰਦਾ। ਪੱਤਰੀ ਵੀ ਉੱਤੇ ਲਾਓ ਉਸਤਾਦ, ਉੱਤੇ ਲਾਓ ਪੱਤਰੀ, ਹਾਂਜੀ ਓਏ ਭਾਈ ਇਹਦੀ ਛਾਂ ਨਾ, ਇਹ ਦੇਖ ਵੇਖ ਕਿੱਡੀ ਸੋਹਣੀ ਲੱਗੀ, ਤੂੰ ਨਾ ਇੱਦਾਂ ਟਿੰਡ ਜੀ ਕਰਾ ਕੇ ਵਾਲ ਨਾ, ਹੁਣ ਤੂੰ ਕਿੱਦਾਂ ਦਾ ਲੱਗਣਾ ਹਿਸਾਬ ਆ ਪਹਿਲਾ ਲਾ, ਹੁਣ ਦੇਖ ਕਿੱਡਾ ਪਿਆ। ਬਿਸਮਿਲ੍ਲਾ ਰਹਿਮਾਨ ਰਹੀਮ, ਹਾਂਜੀ ਚੱਲ ਗਈ ਇੱਧਰ, ਇਹ ਨਹੀਂ ਨਹੀਂ ਉਦੀ ਉਦੀ ਦੇਖੀ ਰਹੀ ਉਦੇ ਕਿੱਦਾਂ ਸਾਡਾ ਬੇਕਾਰ ਬੇਕਾਰ ਇੰਜੀਨੀਅਰ ਅੱਜ ਨਾ ਪਾਸ ਹੋ ਗਏ, ਠੀਕ ਹੈ ਚਲੋ ਜੀ ਮਾਸ਼ਾਅੱਲਾ ਅਲਹਮਦੁਲਿਲਾ ਇਹ ਹੋ ਗਈ, ਤੇ ਅੱਲਾ ਖੈਰ ਕਰੇ ਇਧਰੋਂ ਮਸਲਾ। ਚੱਲ ਵੀ ਬੁੱਤ ਚੁੱਕ ਇਹ ਸਾਰਾ ਕੁਛ ਤੇ ਆਪਣੇ ਮਮਨ ਦੇ ਸਤਾ ਜੀ, ਜਿਹੜੀ ਚਾਹ ਪੱਕਦੀ ਪਈ ਵੇਖ ਲਾ, ਚੱਲ ਮਗਰੋਂ ਲਾਏ ਨਿਕਲੋ, ਚਲੋ ਮਾਜਲਾ ਇਸੇ ਸਾਲ ਠੀਕ ਕਰਕੇ ਨਾ ਅਲਹਮਦੁਲਿਲਾ ਦੇ ਗਿਆ ਵਾ, ਤੇ ਉਹ ਤਾਰ ਵਗੈਰਾ ਨਾ ਉਸੇ ਲੈ ਕੇ ਤੇ ਦੋਨਾਂ ਪਾਸੋਂ ਬਣਾ ਕੇ ਚਲਾ ਗਿਆ, ਕਹਿੰਦਾ ਮੋਟਰ ਨਾ ਕੱਲ ਨੂੰ ਨਾ ਆਪ ਹੀ ਫਿੱਟ ਕਰ ਲਵਾਂਗੇ ਮੈਂ। ਵਾਲੇਕੁਮ ਸਲਾਮ, ਕਹਿੰਦਾ ਆਪ ਹੀ ਫਿੱਟ ਕਰ ਲਵਾਂਗੇ, ਜੇ ਅਗਰ ਕੱਲ ਨੂੰ ਆ ਗਿਆ ਤੇ ਠੀਕ ਹੈ, ਜੇ ਅਗਰ ਨਾ ਆਇਆ ਫਿਰ ਪਲੰਬਰ ਨੂੰ ਸਦਾ ਕੇ ਫਿਰ ਮੋਟਰ ਫਿੱਟ ਕਰਾਂਗੇ, ਮੋਟਰ ਵੀ ਮੇਰਾ ਹੁੰਦੇ ਸੀ, ਮੋਟਰ ਫਿੱਟ ਕਰਵਾ ਲਵਾਂ, ਤਾਰ ਤੂਰ ਸਿਲਾਈ ਲੈ ਕੇ ਫੋਨ ਆ ਗਏ, ਉਹਨੇ ਜਾਣਾ ਕੰਮ, ਮਤਲਬ ਕਿਤੇ ਕੰਮ ਜਾਣਾ ਸੀਗਾ,
ਠੀਕ ਹੈ ਨਾ, ਤੇ ਕਹਿੰਦਾ ਯਾਰ ਹੁਣ ਨਾ ਮੈਨੂੰ ਜਲਦੀ ਆ, ਮੈਂ ਇਸਤਰੀ ਫਿੱਟ ਕਰਤੀ, ਬਾਕੀ ਮੋਟਰ ਇਨਸ਼ਾਅੱਲਾ ਸਵੇਰੇ। ਮੈਂ ਕਿਹਾ ਚਲੋ ਠੀਕ ਆ। ਅੱਛਾ ਜੀ, ਮਾਸ਼ਾਅੱਲਾ ਅਲਹਮਦੁਲਿਲਾ, ਚਾਏ ਵਗੈਰਾ ਪੀ ਲਈ ਵਾ, ਅੱਲਾ ਖੈਰ ਕਰੇ, ਤੇ ਜਾਣਾ ਜਨਾਬ ਮੇਰੇ ਨਾਲ। ਅੱਛਾ ਜੀ, ਹੁਣ ਅਸੀਂ ਜਾ ਰਹੇ ਵਾਂ ਬਹੁਤ ਹੀ ਜ਼ਰੂਰੀ ਕੰਮ, ਅਹਿਮ, ਜੁੜੇ ਰਹਿਣਾ ਵੀਡੀਓ ਦੇ ਨਾਲ। ਆਓ ਚੱਲੀਏ ਫਿਰ, ਚੱਲੀਏ ਜੀ, ਚਲੋ ਆਓ ਸਾਰੇ, ਚਲੇ ਆਓ। ਅੱਛਾ ਜੀ, ਮਾਸ਼ਾਅੱਲਾ ਅਲਹਮਦੁਲਿਲਾ, ਜਿੱਥੇ ਅਸੀਂ ਐਂਡ ਦੇ ਟੋਪਿਕ ਤੇ ਪਹੁੰਚਣਾ ਸੀ ਉੱਥੇ ਅਸੀਂ ਗਏ ਪਹੁੰਚ। ਅੱਛਾ ਜੀ, ਸਭ ਤੋਂ ਪਹਿਲੇ ਤਾਂ ਬਾਬਾ ਜੀ ਉਸ ਦਿਨ ਨਾ ਤੁਸੀਂ ਮਿੱਦੜੇ ਮਾਂ ਜੀ ਉਹਨਾਂ ਨੇ ਪੈਸੇ ਭੇਜੇ, ਉਹ ਅਸੀਂ ਵਲੋਗ ਨਹੀਂ ਬਣਾ ਸਕੇ ਕਿਉਂਕਿ ਉਸ ਟਾਈਮ ਨਾ ਜਲਦੀ ਵਿੱਚ ਸੀ, ਬਾਬੇ ਹੁਣੇ ਵੀ ਤਾਂ ਮੈਂ ਵੀ ਜਲਦੀ ਵਿੱਚ ਸੀਗਾ, ਠੀਕ ਹੈ ਨਾ। ਤੁਹਾਨੂੰ ਪੈਸੇ ਉਹ ਮਾਨਤ ਉਸੇ ਤਰ੍ਹਾਂ ਹੀ ਮਿਲੀ, ਬਿਲਕੁਲ ਮਿਲੀ, ਔਰ ਮਾਂ ਜੀ ਦੀ ਮਾਨਤ ਤੁਹਾਡੇ ਕੋਲ ਉਸ ਦਿਨ ਆ ਗਈ, ਅੱਜ ਮੈਂ ਵਲੋਗ ਦੇ ਵਿੱਚ ਉਹ ਵੀ ਦੱਸ ਦਿੰਦਾ, ਠੀਕ ਹੈ ਨਾ। ਦੂਸਰੀ ਗੱਲ ਇਹ, ਠੀਕ ਹੈ, ਤੇ ਇਹ ਨਾ ਸਾਡੀ ਨਾ ਹੋਰ ਭੈਣ ਆ, ਉਮੈਰ ਦੀ ਭੈਣ, ਮੇਰੀ ਭੈਣ, ਠੀਕ ਹੈ ਨਾ, ਕਿਉਂਕਿ ਉਹ ਮੈਨੂੰ ਆਪਣੇ ਭਰਾਵਾਂ ਤੋਂ ਵੱਧ ਕੇ ਨਾ ਮਸਲਨ ਕਰਦੀ ਵਾ, ਠੀਕ ਹੈ ਨਾ। ਜੋ ਵੀ ਮਸਲਨ ਨਾ ਉਹਨੇ ਮਸਲਨ ਏਦਾਂ ਹੀ ਸਮਝ ਲਓ ਕਿ ਮੈਂ ਉਹਦਾ ਸਕਾ ਭਰਾ ਵਾਂ, ਠੀਕ ਹੈ ਨਾ, ਉਹ ਮੇਰੀ ਸਕੀ ਭੈਣ ਆ, ਠੀਕ ਹੈ, ਅਲਹਮਦੁਲਿਲਾ। ਔਰ ਸਾਨੂੰ 2-4 ਸਾਲ ਹੋ ਗਏ ਵਾ, ਠੀਕ ਹੈ ਨਾ, 2-3 ਸਾਲ ਜਾਂ 2 ਸਾਲ ਜਾਂ 3 ਸਾਲ ਤਕਰੀਬਨ ਹੋ ਗਏ ਵਾ ਕਿ ਮੇਰੀ ਭੈਣ ਮੇਰਾ ਬਹੁਤ ਜ਼ਿਆਦਾ ਕਰਦੀ ਆ, ਔਰ ਮੇਰੇ ਬੱਚਿਆਂ ਦਾ ਵੀ ਕਰਦੀ ਆ, ਮਤਲਬ ਬਹੁਤ ਜ਼ਿਆਦਾ ਕਰਦੀ ਆ। ਮੇਰੇ ਸਕਿਆਂ ਨੇ ਇੰਨਾ ਨਹੀਂ ਕੀਤਾ ਹੋਣਾ ਜਿੰਨਾ ਉਸ ਮੇਰੀ ਭੈਣ ਨੇ ਮੇਰਾ ਕੀਤਾ, ਠੀਕ ਹੈ ਨਾ। ਤੇ ਅੱਲਾਹ ਤਾਲਾ ਉਹਨਾਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਤੇ ਉਮੈਰ ਭਾਈ ਇਸ ਦੁਨੀਆਂ ਤੇ ਨਹੀਂ ਹੈ, ਤੁਸੀਂ ਉਹਨਾਂ ਵਾਸਤੇ ਦੁਆ ਕਰਨੀ ਕਿ ਅੱਲਾਹ ਤਾਲਾ ਉਹਨਾਂ ਜੰਨਤ ਫਿਰਦੌਸ ਆਲਾ ਮੁਕਾਮ ਤਾ ਫਰਮਾਵੇ। ਸਭ ਤੋਂ ਪਹਿਲੇ ਤੇ ਇਹ ਲਓ ਤੁਸੀਂ ਇਹ ਜਿਹੜੇ ਪੈਸੇ, ਠੀਕ ਹੈ ਨਾ, ਇਹ ਤੁਹਾਡੀ ਮਾਨਤ ਤੁਹਾਡੇ ਕੋਲ ਆ, ਤੇ ਤੁਸੀਂ ਆਪਣੀ ਦਵਾਈ ਲੈ ਲਓ, ਘਰ ਦੇ ਸੌਦੇ ਲੈ ਲਓ, ਜੋ ਵੀ ਲੈ ਲਓ, ਇਹ ਤੁਹਾਡੇ ਕੋਲ ਉਹਨਾਂ ਨੇ ਭੇਜੇ ਵਾ ਕੇ ਬਾਬੇ ਹੁਣਾਂ ਨੂੰ ਦੇ ਦੇਣੇ, ਠੀਕ ਹੈ, ਤੇ ਉਹਨਾਂ ਦੇ ਅੰਮੀ ਅੱਬੂ ਵਾਸਤੇ ਤੇ ਉਮੈਰ ਬਾਈ ਵਾਸਤੇ ਖਾਸ ਦੁਆ ਕਰਨੀ। ਔਰ ਜਿਹੜੀ ਮਾਂ ਜੀ ਨੇ ਕੰਮ ਕਰਵਾ ਕੇ ਦਿੱਤਾ ਵਾ, ਉਹ ਮੇਰੀ ਮਾਂ ਨੇ, ਠੀਕ ਹੈ ਨਾ, ਉਹਦੇ ਵਾਸਤੇ ਵੀ ਦੁਆ ਕਰਨੀ ਕਿ ਅੱਲਾਹ ਤਾਲਾ ਉਹਨੂੰ ਵੀ ਤੰਦਰੁਸਤੀ ਦੇਵੇ, ਸਿਹਤ ਦੇਵੇ। ਔਰ ਜਿਸ ਭੈਣ ਨੇ, ਕਿਉਂਕਿ ਇਹ ਹੋ ਗਏ ਹੁਣ 3 ਭੈਣਾਂ, ਇੱਕ ਮੇਰੀ ਮਾਂ ਜੀ, 2 ਭੈਣਾਂ, ਠੀਕ ਹੈ ਨਾ, ਇੱਕ ਉਮੈਰ ਦੀ ਭੈਣ, ਇੱਕ ਹੋਰ ਭੈਣ ਆ ਜਿਹਨੇ ਦਰਵਾਜ਼ਾ ਲੈ ਕੇ ਦਿੱਤਾ, ਔਰ ਤਿੰਨਾਂ ਦੇ ਹੱਕ 'ਚ ਦੁਆ ਕਰਨੀ ਆ ਕਿ ਅੱਲਾਹ ਤਾਲਾ ਉਹਨਾਂ ਨੂੰ ਤੰਦਰੁਸਤੀ ਦੇਵੇ, ਅੱਲਾਹ ਤਾਲਾ ਉਹਨਾਂ ਦੀਆਂ ਮੁਸ਼ਕਲਾਂ ਆਸਾਨ ਕਰੇ, ਠੀਕ ਹੈ ਨਾ, ਮੁਸ਼ਕਲਾਂ ਆਸਾਨ ਕਰੇ ਅੱਲਾਹ, ਹਾਂਜੀ, ਆਮੀਨ। ਔਰ ਭੈਣ ਵਾਸਤੇ ਨਮਾਜ਼ ਪੜ੍ਹ ਕੇ ਦੁਆ ਕਰਨੀ ਆ ਕਿ ਥੋੜੀ ਜਿਹੀ ਪਰੇਸ਼ਾਨ ਆ, ਠੀਕ ਹੈ ਨਾ, ਔਰ ਅੱਲਾਹ ਤਾਲਾ ਹਾਂਜੀ ਪਰੇਸ਼ਾਨੀਆਂ ਦੀਆਂ ਦੂਰ ਕਰੇ, ਔਰ ਜਿਹੜੇ ਇਹਦੇ ਦੁਸ਼ਮਣ ਆ ਅੱਲਾਹ ਤਾਲਾ ਉਹਨਾਂ ਨੂੰ ਜ਼ੇਰ ਕਰੇ, ਔਰ ਇਹਦੇ ਦੁਸ਼ਮਣ ਜਿਹੜੇ ਮੇਰੀ ਭੈਣ ਦੇ ਵਾ ਉਹ ਕਦੀ ਵੀ ਆਪਣੇ ਮਕਸਦ ਦੇ ਵਿੱਚ ਕਾਮਯਾਬ ਨਾ ਹੋਣ, ਠੀਕ ਹੈ, ਤੇ ਅੱਲਾਹ ਖੈਰ ਕਰੇ। ਇਹ ਜੀ ਸਾਡੀ ਅਮਾਨਤ ਸੀਗੀ, ਮਸਲਨ ਆਪ ਹੀ ਉਹਨਾਂ ਨੇ ਦਿੱਤੀ ਸੀਗੀ, ਠੀਕ ਹੈ ਨਾ, ਉਹਨਾਂ ਨੇ ਆਖਿਆ ਸੀਗਾ ਕਿ ਕਿਉਂਕਿ ਅਲੀ ਰਜ਼ਾ ਦਾ ਕਮਰਾ ਉਹ ਪਵਾ ਰਹੇ ਸੀਗੇ, ਠੀਕ ਹੈ ਨਾ, ਅਲੀ ਰਜ਼ਾ ਦਾ ਕਮਰਾ ਪੈ ਰਿਹਾ ਸੀਗਾ, ਤੇ ਉਹਨਾਂ ਨੇ ਅਮਾਨਤ ਦਿੱਤੀ ਸੀ ਕਿ ਵਿੱਚੋਂ ਇਹ ਅਮਾਨਤ ਜਿਹੜੀ ਉਹ ਬਾਬੇ ਉਹਨਾਂ ਨੂੰ ਦੇ ਦੇਣ, ਠੀਕ ਹੈ, ਤੇ ਅੱਲਾ ਖੈਰ ਕਰੇ, ਉਹ ਅਸੀਂ ਅਮਾਨਤ ਪਹੁੰਚਾ ਦਿੱਤੀ ਆ। ਉਮੈਰ ਦੀ ਭੈਣ, ਠੀਕ ਹੈ ਨਾ, ਮੇਰੀ ਭੈਣ, ਉਹਦੇ ਲਓ ਇਹ ਅਮਾਨਤ ਆ, ਠੀਕ ਹੈ, ਚਲੋ ਚੱਲ ਅੱਲਾ ਖੈਰ ਕਰੇ, ਹੁਣ ਚੱਲਦੇ ਵਾਂ, ਹੁਣ ਚੱਲ ਕੇ ਹਲੇ ਅਲੀ ਰਜ਼ਾ ਬੱਕਰੀਆਂ ਚਾਰਨ ਦੇ, ਅੱਜ ਤੋਂ ਮੈਨੂੰ ਆਵਾਜ਼ ਮਾਰੀ, ਚੱਲ ਮੇਰਾ ਪੁੱਤ ਬੱਕਰੀਆਂ ਦੇਖ ਲਾ। ਮਾਸ਼ਾਅੱਲਾ ਅਲਹਮਦੁਲਿਲਾ, ਅੱਜ ਦੇ ਜਿਹੜੇ ਕੰਮ ਸਾਰੇ ਹੀ ਅੱਲਾ ਦੀ ਰਾਹ ਤੇ ਨੇਕ ਕੰਮ ਹੋਏ ਵਾ, ਠੀਕ ਹੈ ਨਾ, ਜਿਸ ਤਰ੍ਹਾਂ ਕਿ ਬਜ਼ੁਰਗਾਂ ਨੂੰ ਵੀ ਅਮਾਨਤ ਉਹਨਾਂ ਦੀ ਵੀ ਉਹਨਾਂ ਤੱਕ ਪਹੁੰਚਾਈ ਆ, ਔਰ ਇਹ ਸੀਗੇ ਕੱਪੜੇ ਲੈ ਕੇ ਆਏ ਸੀਗੇ ਅਸੀਂ, ਇਹ ਹੈਗੇ ਇਕੱਠੇ, ਠੀਕ ਹੈ ਨਾ, ਇੱਕ ਨਹੀਂ ਆ, ਇਹ ਜਿਹੜੇ ਹੈਗੇ ਵਾ 4 ਸੂਟ, ਮਤਲਬ 2 ਸੂਟ, ਇੱਕ ਸੂਟ ਮੇਰਾ, ਠੀਕ ਹੈ ਨਾ, ਇੱਕ ਛਾਨੀ ਬਾਈ, ਇਹ ਉਮੈਰ ਬਾਈ ਦੇ ਤਰਫੋਂ ਸਾਡਾ ਉਮੈਰ ਭਰਾ ਵਾ, ਅੱਲਾਹ ਤਾਲਾ ਉਹਨੂੰ ਜਿੰਨਾ ਖੁਦੋ ਸ਼ਾਲਾ ਮੁਕਾਮ ਤਾ ਫਰਮਾਵੇ, ਤੇ ਉਹ ਇਸ ਦੁਨੀਆਂ ਤੇ ਨਹੀਂ ਹੈ। ਔਰ ਇਸ ਭਾਈ ਹੱਕਦਾਰ ਸੀਗਾ, ਇਹਦੀ ਨਾ ਲੱਤ ਦੇ ਉੱਤੇ ਨਾ, ਇਹ ਵੈਸੇ ਗੋਡੇ 'ਚ ਨਾ ਚੱਕੀ, ਇਹ ਨਾ ਮਤਲਬ ਐਡਾ ਵੜਾ, ਇਹਨੂੰ ਨਾ ਮੈਂ ਰਮਜ਼ਾਨ ਦੇ ਵਿੱਚ ਰਾਸ਼ਨ ਵੀ ਲੈ ਕੇ ਦਿੱਤਾ ਸੀਗਾ, ਠੀਕ ਹੈ ਨਾ, ਮੈਨੂੰ ਇਹ ਹੱਕਦਾਰ ਲੱਗਾ,
ਮਹਿਰ ਬਾਈ ਦੀ ਤਰਫੋਂ ਇੱਕ ਸੂਟ ਇਹਨਾਂ ਦਾ, ਹੁਣ ਅਸੀਂ ਚੱਲਦੇ, ਮੈਂ ਤਾਂ ਭਾਈ ਨਾਲ ਲੈ ਕੇ ਜਾਣਾ, ਇਹਦਾ ਨਾਪ ਦਵਾਨਾ, ਬਾਕੀ ਜਿਹੜਾ ਇਹ ਮਤਲਬ ਨਾ ਸਭ ਕਾਫੀ ਕੱਪੜਾ ਵਾ, ਠੀਕ ਹੈ ਨਾ, ਇਹਦੇ ਵਿੱਚੋਂ ਇੱਕ ਸੂਟ ਜਿਹੜਾ ਮਹਿਰ ਦੀ ਤਰਫੋਂ ਇਹਨਾਂ ਨੂੰ, ਤੇ ਬਾਕੀ ਮੈਂ ਆਪਣਾ ਵੀ ਸੂਟ ਸਿਲਾਉਣਾ ਵਾ, ਤੇ ਅਲੀ ਰਜ਼ਾ ਗੁਲਾਮ ਮੁਹੰਮਦ ਸਮੀ ਲਾ ਇਹਨਾਂ ਦਾ ਵੀ, ਠੀਕ ਹੈ ਨਾ। ਅਲੀ ਰਜ਼ਾ ਚਲੀਏ, ਚਲੋ ਚਲੋ ਫਿਰ ਚਲੀਏ ਸ਼ਾਨੀ ਬਾਈ, ਤੁਹਾਡਾ ਨਾ ਨਾਪ ਦਵਾਵਾਂ ਔਰ ਤੁਹਾਡਾ ਸੂਟ ਉੱਥੇ ਸੀਣਾ ਦੇਵਾਂ, ਕਿਉਂ ਕਿਉਂਕਿ ਆਹ ਕੱਪੜੇ ਦੇਖੋ ਇਹਨਾਂ ਦੇ, ਠੀਕ ਹੈ ਨਾ। ਮੈਂ ਕੀ ਕੀ ਇਹ ਤਾਂ ਸ਼ਲਵਾਰਾਂ ਵਾ, ਇਹ ਸ਼ਲਵਾਰਾਂ ਵਾ, ਪਾ ਕਹਿੰਦੇ ਆ ਲੈਕਸਟਰ ਲੈ ਆਇਓ, ਲਸ਼ਕਟ। ਅੱਛਾ ਲਸ਼ਕਟ ਲੈ ਆਉਂਗਾ, ਚੱਲ ਗਿਆ ਪੁੱਤ, ਲਸ਼ਕਟ ਲੈ ਕੇ ਆਉਂਗਾ। ਅੱਛਾ ਤੇ ਕੱਪੜੇ ਅਲ ਦੇਖ ਕੇ ਮੈਂ ਫਿਰ ਨਾ ਇਸ ਚੀਜ਼ ਤੇ ਆਪ ਖੁਦ ਰੀਜ਼ਨ ਲਿਆ ਵਾ, ਠੀਕ ਹੈ ਨਾ। ਔਰ ਮੇਰੀ ਭੈਣ ਆ, ਮੈਂ ਹਲੇ ਉਹਦੇ ਨਾਲ ਮਸ਼ਵਰਾ ਨਹੀਂ ਕੀਤਾ ਸੀਗਾ, ਠੀਕ ਹੈ ਨਾ। ਔਰ ਅੱਲਾਹ ਤਾਲਾ ਉਹਨਾਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਔਰ ਮੇਰੇ ਵੀਰ ਨੂੰ ਉਮੈਰ ਭਾਈ ਨੂੰ ਅੱਲਾਹ ਤਾਲਾ ਜੰਨਤ ਫਿਰਦੌਸ ਆਲਾ ਮਕਾਮ ਤਾ ਫਰਮਾਵੇ, ਔਰ ਉਹਦੇ ਅੰਮੀ ਅਬਦੂ ਨੂੰ ਵੀ, ਮੇਰਾ ਵੀ ਮਾਂ ਬਾਪ ਆ, ਠੀਕ ਹੈ ਨਾ। ਅੱਲਾਹ ਤਾਲਾ ਉਹਨਾਂ ਨੂੰ ਵੀ ਜੰਨਤ ਫਿਰਦੌਸ ਆਲਾ ਮਕਾਮ ਤਾ ਫਰਮਾਵੇ। ਚਲੋ ਹੁਣ ਚੱਲਦੇ ਵਾਂ, ਕਿਉਂਕਿ ਸ਼ਾਮ ਦਾ ਟਾਈਮ ਵੀ ਹੋ ਰਿਹਾ, ਮੈਂ ਸਾਰੇ ਅੱਜ ਦੇ ਦਿਨ ਦੇ ਵਿੱਚ ਕੰਮ ਨਿਬੇੜਦਾ ਪਿਆ ਵਾਂ, ਕਿਉਂ ਜੀ, ਠੀਕ ਹੈ ਨਾ। ਤੇ ਮੈਂ ਜਾ ਕੇ ਇਹਨਾਂ ਨੂੰ ਦਰਜੀ ਦਿਉ, ਜਾ ਕੇ ਦੇ ਕੇ ਇਹਦਾ ਸੂਟ ਸੀਣਾ ਉੱਥੇ ਦੇਵਾਂ, ਔਰ ਬਾਕੀ ਆਪਣੇ ਵੀ ਸੂਟ ਸੀਣੇ ਦੇਵਾਂ। ਸੂਟ ਇਕੱਠੇ ਹੀ ਕਟਵਾ ਲਏ ਸੀ, ਇਹ ਸੂਟ ਅੱਜ ਨਹੀਂ ਕਟਵਾਏ ਹੈਗੇ, ਔਰ ਇਹ ਵੀ ਮੈਂ ਦੱਸ ਦਿੰਦਾ ਅੱਜ ਨਹੀਂ ਕਟਵਾਏ ਸੀ, ਇਹ ਸੂਟ ਮੈਂ ਪਰਸੋਂ ਕਟਵਾ ਲਿਆ ਸੀਗਾ, ਲੇਕਿਨ ਪਏ ਸੀਗੇ ਤੇ, ਲੇਕਿਨ ਜਦੋਂ ਮੈਂ ਨਾ ਮਤਲਬ ਸਮਾਨ ਲੈਣਾ ਸੀ ਨਾ ਬਾਕੀ, ਮੈਂ ਕਿਹਾ ਇੱਕੋ ਵਾਰੀ ਸਾਰਾ ਹੀ ਮਤਲਬ ਜੋ ਵੀ ਹੈ ਸਾਰੇ ਮਤਲਬ ਆਪਣੇ ਸਿਰ ਤੋਂ ਭਾਰੇ ਜਿਹੜੇ ਉਤਾਰਨੇ, ਮੈਂ ਇੱਕੋ ਦਿਨ ਹੀ ਉਤਾਰਾਂਗਾ ਰਹੀ ਜ਼ਿੰਦਗੀ ਤੇ। ਅੱਜ ਅੱਲਾਹ ਤਾਲਾ ਨੇ ਮੈਨੂੰ ਹਿੰਮਤ ਦਿੱਤੀ ਆ, ਠੀਕ ਹੈ ਨਾ। ਔਰ ਮੈਂ ਕਿਉਂਕਿ ਮੌਸਮ ਵੀ ਖਰਾਬ ਰਿਹਾ ਤੁਹਾਡੇ ਸਾਹਮਣੇ, ਬਾਰਿਸ਼ਾਂ ਸੀਗੀਆਂ, ਠੀਕ ਹੈ ਨਾ, ਔਰ ਮੈਂ ਇੱਕੋ ਵਾਰੀ ਉੱਠਿਆ ਵਾਂ, ਔਰ ਕੱਪੜਾ ਵੀ ਅੱਛਾ ਲੈ ਕੇ ਆਏ ਵਾਂ, ਔਰ ਅੱਲਾਹ ਖੈਰ ਕਰੇ ਹੁਣ ਚੱਲਦੇ ਵਾਂ ਤੇ ਸਾਰਾ ਮਸਲਨ ਉਹ ਕਰਦੇ ਵਾਂ, ਇਹ ਜਿਹੜਾ ਦਰਜੀ ਨੂੰ ਦੇਖ ਕੇ ਸੂਟ ਕਿੰਨੇ ਦੇ ਕੇ ਉਹਨੇ, ਚਲੀਏ ਜੀ, ਚਲੋ ਚਲੋ ਜੀ। ਅਲਹਮਦੁਲਿਲਾ ਦਰਜੀ ਦੀ ਦੁਕਾਨ ਤੇ ਅਲਹਮਦੁਲਿਲਾ ਪਹੁੰਚ ਚੁੱਕੇ, ਅੱਲਾਹ ਖੈਰ ਕਰੇ, ਔਰ ਇੱਥੇ ਜਾ ਕੇ ਸੂਟ ਦੇਵਾਂਗੇ, ਠੀਕ ਹੈ। ਕੀ ਹਾਲ ਆ? ਠੀਕ ਹੈ, ਤਬੀਅਤ ਸੀ ਠੀਕ ਹੈ, ਹੋਰ ਸੁਣਾ ਫਿਰ, ਠੀਕ ਹੈ। ਤੇ ਲਾਟਾਂ ਬੰਦ ਕੀਤੀਆਂ ਹੋਈਆਂ ਸਾਰੀਆਂ, ਇੱਧਰ ਲੈ ਆ, ਸਾਰੇ ਇੱਧਰ ਲੈ ਆ, ਠੀਕ ਹੈ। ਹਾਂ ਇਹਦਾ ਵੀ ਨਾਪ ਲੈ ਆ, ਤੁਸੀਂ ਭਾਈ ਤੂੰ ਇੱਧਰ ਪਹਿਲੇ ਸਾਹਮਣੇ ਆ ਨਾ, ਤੇਰਾ ਨਾਪ ਦਵਾਈਏ, ਠੀਕ ਹੈ ਨਾ। ਆ ਸਾਡਾ ਕੋਈ ਨੀ, ਅਸੀਂ ਬਾਅਦ ਚ ਚਲੇ ਵੀ ਜਾਵਾਂਗੇ, ਉਹ ਆਪਣਾ ਨਾ ਮਾਲ ਡੰਗਰ ਦਾ ਵੀ ਕਰਨਾ ਵਾ। ਚਲੋ ਇਹਦਾ ਨਾਪ, ਸਭ ਤੋਂ ਪਹਿਲੇ ਇਹਦਾ ਨਾਪ ਕਰਵਾਉਂਦੇ ਵਾ, ਠੀਕ ਹੈ ਨਾ। ਉਸ ਤੋਂ ਬਾਅਦ ਅੱਲਾ ਖੈਰ ਕਰੇ ਨਾਪ ਕਰਵਾ ਕੇ, ਤੇ ਫਿਰ ਸਾਡੇ ਨਾਪ ਤੋਂ ਪਹਿਲੇ ਵੈਸੇ ਹੀ ਆ ਕੇ ਮੈਂ ਸਿਰਫ ਖੋਲੀਏ ਨਾ, ਇਸ ਦਰਜੀ ਕੋਲੇ ਮੇਰੇ ਸਾਰੇ ਸੂਟ ਸਿਲਦੇ ਵਾ, ਠੀਕ ਹੈ ਨਾ। ਤੇ ਮੈਂ ਆਪਣਾ ਸਿਰਫ ਚੈੱਕ ਕਰਾਉਣਾ ਕਿ ਜਿਹੜਾ ਪਿੱਛੇ ਮੇਰਾ ਇੱਕ ਸੂਟ ਸਿਲ ਕੇ ਗਿਆ ਨਾ, ਬਹੁਤ ਫਿਟਿੰਗ ਦੇ ਵਿੱਚ ਆ, ਤੇ ਮੈਂ ਉਹਦਾ ਹਿਸਾਬ ਲਵਾਉਣਾ ਕਿ ਥੋੜ੍ਹਾ ਥੋੜ੍ਹਾ ਨਾ ਖੁੱਲਾ ਹੋਵੇ, ਠੀਕ ਹੈ। ਬਸ ਬਾਕੀ ਅੱਲਾ ਖੈਰ ਕਰੇ, ਹੁਣ ਇਹਦਾ ਨਾਪ ਚੈੱਕ ਕਰਵਾ ਲੂਗਾ। ਅੱਛਾ ਜੀ, ਮਾਸ਼ਾ ਅੱਲਾ ਅਲਹਮਦੁਲਿਲਾ ਕੱਪੜੇ ਵਗੈਰਾ ਸਾਜੇ ਦਿੱਤੇ ਵਾ ਭਾਈ ਨੂੰ, ਠੀਕ ਹੈ ਨਾ, ਆਪਣੀ ਜਿਹੜੀ ਮਿੱਟੀ ਚੁੱਕੀ ਕਰ ਲਵੇ, ਤੇ ਫਿਰ ਭਾਈ ਦਾ ਨਾਪ ਦਵਾ ਕੇ, ਔਰ ਉਹਨੇ ਜਦ ਨਾ ਸ਼ਾਮ ਦਾ ਟਾਈਮ ਹੋ ਗਿਆ, ਤੇ ਅੱਲਾ ਖੈਰ ਕਰੇ ਉਹਨੇ ਨਾ ਜਾ ਕੇ ਗੁਦਾਮ ਵਗੈਰਾ ਰੱਖੀ ਹੋਈ ਆ, ਤੇ ਉਹਦਾ ਨਾ ਮਤਲਬ ਖਾਣਾ ਵਾ ਪਾਣੀ, ਬੋਤਲ ਭਾਈ ਮੰਗਾਈ ਵਾ, ਕਾਟੋ ਵਾਲੇ ਦਾ ਪਾਣੀ ਪੀਤੀ ਨਾ, ਉਸੇ ਤਰ੍ਹਾਂ ਹੀ, ਠੀਕ ਹੈ ਨਾ। ਅੱਜ ਮੈਂ ਤੋਰ ਫਿਰ ਹੀ ਸਾਰਾ ਦਿਨ ਸਾਡੀ ਅੱਜ ਭੱਜ ਦੌੜ, ਠੀਕ ਹੈ। ਤੇ ਅੱਲਾ ਖੈਰ ਕਰੇ ਉਹ ਚਲਾ ਗਿਆ, ਫਿਰ ਮੈਂ ਕਿਹਾ ਤੂੰ ਨਿਕਲ ਦੇ, ਮੈਂ ਕਿਹਾ ਅਸੀਂ ਅੱਜ ਯਾਰ ਦੇ ਪੈ ਕਰ, ਉਹ ਵੀ ਯਾਰ ਸਾਥ ਸਾਥ ਹੋਏ ਆ, ਠੀਕ ਹੈ ਨਾ। ਤੇ ਮੈਂ ਕਿਹਾ ਉਹਦਾ ਨਾਪ ਵਗੈਰਾ ਸਾਰਾ ਕਰਵਾਉਣ ਦੀ, ਉਹਨੇ ਡਿਪਟੀ ਕਰਵਾਉਣੇ ਕਰਵਾ ਕੇ, ਚਲੋ ਠੀਕ ਹੋ ਗਿਆ। ਲੈ ਲਾ ਬੋਤਲ ਪਾਣੀ ਪੀਣਾ, ਤੁਸੀਂ ਪਾਣੀ ਪੀਣਾ, ਠੀਕ ਹੈ, ਓਕੇ, ਠੀਕ ਹੋ ਗਿਆ, ਅੱਲਾ ਹਾਫਿਜ਼, ਠੀਕ, ਚਲੋ ਅੱਲਾ ਹਾਫਿਜ਼।
ਚੱਲ ਬੋਤਲ ਲੈ ਲਾ ਤੇ ਚੱਲ ਗਿਆ। ਚਲੋ ਜੀ ਅੱਛਾ, ਅੱਲਾ ਖੈਰ ਕਰੇ, ਇੱਥੋਂ ਹੁਣ ਨਿਕਲਦੇ ਤੇ ਹੁਣ ਅੱਲਾ ਖੈਰ ਕਰੇ ਚੱਲਦੇ ਵਾਂ ਕਾਰ, ਠੀਕ ਹੈ, ਤੇ ਕਿੱਦਣ ਆਵਾਂ ਇੱਦਾਂ ਹੀ ਅਸੀਂ ਪੈਦਲ ਹੀ ਨਿਕਲਾਂਗੇ। ਸਭ ਤੋਂ ਪਹਿਲੇ ਮਸਜਿਦ ਦਾ ਸਾਹਮਣੇ ਅਸੀਂ ਮਸਜਿਦ ਚੋਂ ਨਮਾਜ਼ ਪੜ੍ਹਾਂਗੇ, ਨਮਾਜ਼ ਪੜ੍ਹ ਕੇ ਫਿਰ ਨਿਕਲਾਂਗੇ ਕਿਉਂਕਿ ਨਮਾਜ਼ ਦਾ ਟਾਈਮ ਹੋ ਗਿਆ, ਅਜ਼ਾਨ ਹੋ ਗਈ। ਚੱਲ ਆ ਜਾ ਰੋਡ ਕ੍ਰਾਸ ਕਰ, ਨਮਾਜ਼ ਦਾ ਟਾਈਮ ਹੋ ਗਿਆ, ਨਮਾਜ਼ ਪੜ੍ਹਾਂਗੇ, ਨਮਾਜ਼ ਪੜ੍ਹ ਕੇ ਫਿਰ ਅਸੀਂ ਅੱਗੇ ਨਿਕਲਾਂਗੇ ਘਰ ਨੂੰ। ਆ ਜਾ ਮੇਰਾ ਪੁੱਤ, ਨਮਾਜ਼ ਅਜ਼ਾਨ ਹੋ ਗਈ ਆ, ਵਜ਼ੂ ਕਰ ਲਾ ਜਲਦੀ ਅਸੀਂ ਤੇ ਮਿਲਦੇ ਹੁਣ ਅਸੀਂ ਨਮਾਜ਼ ਤੋਂ ਬਾਅਦ। ਚਲੋ ਜੀ ਅਲਹਮਦੁਲਿਲਾ, ਤੁਸੀਂ ਕਹਿਣਾ ਕਿ ਮਸਜਿਦ ਵਿੱਚ ਗਏ ਤੇ ਇੱਕਦਮ ਘਰ ਹੀ ਆ ਕੇ ਕੈਮਰਾ ਔਨ ਕੀਤਾ, ਘਰ ਹੀ ਆ ਕੇ ਕੈਮਰਾ ਔਨ ਕੀਤਾ ਕਿਉਂਕਿ ਨਮਾਜ਼ ਪੜ੍ਹੀ, ਨਮਾਜ਼ ਪੜ੍ਹ ਕੇ ਅਲਹਮਦੁਲਿਲਾ ਆ ਗਏ ਘਰ ਤੇ ਹੁਣ ਅਲਹਮਦੁਲਿਲਾ ਘਰ ਪਹੁੰਚ ਚੁੱਕੇ ਵਾਂ। ਔਰ ਬਿਸਤਰੇ ਵਗੈਰਾ ਇੱਥੇ ਕਿਉਂਕਿ ਮੌਸਮ ਹੋ ਗਿਆ ਫਿਰ ਖਰਾਬ, ਠੀਕ ਹੈ ਨਾ, ਮੌਸਮ ਆ ਦੇਖੋ ਫਿਰ ਨਾ ਖਰਾਬ ਹੋ ਗਿਆ, ਠੀਕ ਹੈ। ਅੱਲਾ ਖੈਰ ਕਰੇ, ਅੱਲਾ ਤਾਲਾ ਤੰਦਰੁਸਤੀ ਦੇਵੇ, ਸਿਹਤ ਦੇਵੇ ਸਭ ਨੂੰ ਜੋ ਵੀ ਸਾਨੂੰ ਦੇਖਦੇ ਪਏ ਵਾ। ਔਰ ਮੇਰੀ ਭੈਣ ਉਮੈਰ ਦੀ ਭੈਣ ਜਿਹਨਾਂ ਨੇ ਇੰਨਾ ਕੁਛ ਅੱਜ ਦੇ ਦਿਨ ਦੇ ਵਿੱਚ ਕੀਤਾ, ਉਹਨਾਂ ਵਾਸਤੇ ਢੇਰ ਸਾਰੀਆਂ ਦੁਆਵਾਂ ਕਰਨੀਆਂ। ਅੱਲਾ ਤਾਲਾ ਉਹਨਾਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਅੱਲਾ ਤਾਲਾ ਉਹਨਾਂ ਨੂੰ ਆਪਣੇ ਹਿਫਜ਼ੋ ਅਮਾਨ 'ਚ ਰੱਖੇ, ਔਰ ਅੱਲਾ ਤਾਲਾ ਉਹਨਾਂ ਦੀਆਂ ਹਰ ਦਿਲੀ ਖੁਆਇਸ਼ਾਂ ਦਿਲੀ ਮੁਰਾਦਾਂ ਪੂਰੀਆਂ ਕਰੇ। ਮੇਰੀ ਮਾਂ ਜੀ ਆ ਜਿਹਨਾਂ ਨੇ ਮਸਲਾਂ ਬਜ਼ੁਰਗਾਂ ਦਾ ਕੀਤਾ, ਉਹਨਾਂ ਵਾਸਤੇ ਵੀ ਦੁਆ ਕਰਨੀ ਕਿ ਅੱਲਾ ਤਾਲਾ ਉਹਨਾਂ ਨੂੰ ਵੀ ਤੰਦਰੁਸਤੀ ਦੇਵੇ, ਸਿਹਤ ਦੇਵੇ, ਅੱਲਾ ਤਾਲਾ ਉਹਨਾਂ ਨੂੰ ਵੀ ਆਪਣੇ ਹਿਫਜ਼ੋ ਅਮਾਨ 'ਚ ਰੱਖੇ। ਅੱਛਾ ਜੀ, ਅਸੀਂ ਇੱਥੇ ਆਪਣੀ ਵੀਡੀਓ ਦਾ ਕਰਦੇ ਹਾਂ ਐਂਡ। ਅਗਰ ਮੇਰੇ ਭੈਣ ਭਾਈ ਨੂੰ ਵੀਡੀਓ ਪਸੰਦ ਆਉਂਦੀ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਹੁਣ ਕਿਉਂਕਿ ਘਰ ਪਹੁੰਚ ਚੁੱਕੇ ਹਾਂ। ਰੱਬ ਸੋਹਣੇ ਦੇ ਹਵਾਲੇ, ਅੱਲਾ ਹਾਫਿਜ਼।